ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਹੈ ਜੀ 40ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿਖਾ ਕੇ ਦਿਖਾਉਣ ਦਾ ਅਤੇ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਪਟਿਆਲਾ ਸ਼ਾਹੀ ਸ਼ੇਪ ਦੇ ਵਿੱਚ 15 ਪੇਚਾਂ ਨੂੰ ਲਹਿਰਾਂ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰਕੇ ਦਿਖਾਣਾ ਹੈ ਜਿਹੜੇ ਵੀ ਮੇਰੇ ਵੀਰ ਘਰ ਬੈਠੇ ਦਸਤਾਰ ਸਿੱਖਣਾ ਚਾਹੁੰਦੇ ਨੇ ਤਾਂ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈੱਲ ਆਈਕਨ ਨੂੰ ਕਲਿੱਕ ਕਰ ਲੈਣ ਤਾਂ ਜੋ ਨਵੀਆਂ ਵੀਡੀਓ ਉਹਨਾਂ ਤੱਕ ਪਹੁੰਚਦੀਆਂ ਰਹਿਣ ਇਹਨੇ ਜਿਹੜਾ ਅਸੀਂ ਇਹ 75 ਡੇ ਹਾਰਡ ਚੈਲੰਜ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਨੂੰ ਪਹਿਲੇ ਦਿਨ ਤੋਂ 75 ਦਿਨਾਂ ਤੱਕ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਣੀ ਹੈ ਤੇ ਨਾਲ-ਨਾਲ ਤੁਹਾਨੂੰ ਵੀ ਸਿਖਾਣੀ ਹੈ ਦੇਖੋ ਇਹਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦਸਤਾਰ ਦੀ ਪੂਣੀ ਕਰਨੀ ਹੈ ਪੂਣੀ ਕਰਨ ਤੋਂ ਪਹਿਲਾਂ ਦਸਤਾਰ ਨੂੰ ਬਰਾਬਰ ਗਿੱਲਾ ਕਰਨਾ ਹੈ ਦੋਨਾਂ ਸਾਈਡਾਂ 'ਤੇ ਦਸਤਾਰ ਨੂੰ ਇਸ ਤਰੀਕੇ ਨਾਲ ਪਾਣੀ ਲਗਾਉਣਾ ਹੈ ਇਸ ਤਰੀਕੇ ਨਾਲ ਪਾਣੀ ਲਗਾੰਨਾ ਤੁਹਾਡੀ ਸਾਰੀ ਦਸਤਾਰ ਬਰਾਬਰ ਗਿੱਲੀ ਹੁੰਦੀ ਹੈ ਕਿਤੋਂ ਜ਼ਿਆਦਾ ਗਿੱਲੀ ਨਹੀਂ ਹੁੰਦੀ ਨਾ ਹੀ ਕਿਤੋਂ ਘੱਟ ਗਿੱਲੀ ਹੁੰਦੀ ਹੈ ਇੱਕ ਪੱਲੇ ਨੂੰ ਫੜ ਲੈਣਾ ਆ ਉਹਨੂੰ ਉਂਗਲ ਤੇ ਲਪੇਟ ਲੈਣਾ ਫਿਰ ਇੱਕ ਪੱਲਾ ਛੱਡ ਕੇ ਤੀਜੇ ਪੱਲੇ ਨੂੰ ਤੁਸੀਂ ਉਂਗਲ ਤੇ ਲਪੇਟ ਲੈਣਾ ਹੈ ਇਹਨਾਂ ਤੁਹਾਨੂੰ ਆਈਡੀਆ ਹੋ ਜਾਂਦਾ ਇਹਨਾਂ ਚੋਂ ਇੱਕ ਪੱਲਾ ਤੁਸੀਂ ਕਿਤੇ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਤੇ ਦੂਜੇ ਪੱਲੇ ਨੂੰ ਫੜ ਕੇ ਤੁਸੀਂ ਪੂਣੀ ਕਰ ਲੈਣੀ ਹੈ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰ ਲਿਓ ਤੇ ਫਿਰ ਉਹਨੂੰ ਬੰਨ੍ਹ ਕੇ ਕੈਂਚੀ ਗੱਠ ਮਾਰ ਲੈਣੀ ਹੈ ਤੇ ਜਿਹੜੀ ਕਿ ਬਾਅਦ ਦੇ ਵਿੱਚ ਖੁੱਲੇ ਨਾ ਟਾਈਟ ਹੋਵੇ ਤੇ ਖਿੱਚ ਕੇ ਮਾਰ ਲਿਓ ਤੇ ਉਸ ਤੋਂ ਬਾਅਦ ਤੁਸੀਂ ਕਿੰਨਾ ਦਸਤਾਨ ਨੂੰ ਛੱਡਦੇ ਹੋਏ ਪਿੱਛੇ ਜਾਣਾ ਤੇ ਧਿਆਨ ਰੱਖਿਓ ਦਸਤਾਨ نیچے ਨਾ ਲੱਗੇ ਖੱਬੀ ਸਾਈਡ ਤੇ ਸਲਾਈ ਰੱਖ ਕੇ ਤੁਸੀਂ ਦਸਤਾਰ ਦੀ ਮੋਣੀ ਕਰਨੀ ਸਟਾਰਟ ਕਰਨੀ ਹੈ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਕੇ ਦੋਨਾਂ ਪੱਲਿਆਂ ਨੂੰ ਅੰਦਰ ਕਰਦੇ ਹੋਏ ਪਿੱਛੇ ਨੂੰ ਜਾਣਾ ਹੈ ਇਹ ਨਾਲ ਤੁਹਾਡੀ ਦਸਤਾਰ ਹੈ ਜਿਹੜੀ ਦੋਨਾਂ ਸਾਈਡਾਂ ਤੋਂ ਬਰਾਬਰ ਅੰਦਰ ਜਾਂਦੀ ਹੈ ਕੋਈ ਵੀ ਪੱਲਾ ਜਿਹੜਾ ਢਿੱਲਾ ਨਹੀਂ ਹੁੰਦਾ ਫਿਰ ਇੱਕ ਵਾਰੀ ਦਸਤਾਰ ਨੂੰ ਫੇਰ ਖਿੱਚਾਂਗੇ ਤੇ ਉੱਪਰਲੀ ਸਾਈਡ ਤੇ ਜਿਹੜੇ ਦੋ ਪੱਲੇ ਹੋਣਗੇ ਉਹਨਾਂ ਨੂੰ ਫੜ ਲੈਣਾ ਹੈ ਤੇ ਦੇਖ ਲੈਣਾ ਇੰਨੀ ਕੁ ਚੌੜੀ ਪੂਣੀ ਨਾ ਤੁਸੀਂ ਤਿੰਨ ਲੜ ਬਣਾ ਸਕਦੇ ਹੋ ਤਾਂ ਠੀਕ ਹੈ ਨਹੀਂ ਤਾਂ ਅੰਦਰੋਂ ਜੀ ਪੱਲੇ ਖਿੱਚ ਕੇ ਦੋਨਾਂ ਸਾਈਡਾਂ ਤੋਂ ਤੁਸੀਂ ਪੂਣੀ ਚੌੜੀ ਕਰ ਸਕਦੇ ਹੋ ਦੇਖੋ ਇੰਨੀ ਕੁ ਪੂਣੀ ਸਾਡੇ ਲਈ ਬਰਾਬਰ ਹੈ ਤੇ ਇਹਦੇ ਨਾਲ ਤੁਸੀਂ ਪੂਣੀ ਨੂੰ ਉਹੀ ਪੱਲੇ ਫੜਦੇ ਹੋ ਅੱਗੇ ਜਾਇਓ ਤੇ ਇਹਨਾਂ ਤੁਹਾਡੀ ਕੰਪਲੀਟ ਹੋ ਜਾਏਗੀ ਪੂਣੀ ਤੇ ਹੁਣ ਅਸੀਂ ਦਸਤਾਰ ਲਈ 베ਸ ਤਿਆਰ ਕਰਾਂਗੇ ਜਿਹੜਾ ਪੱਲਾ ਤੁਸੀਂ ਉੱਪਰ ਰੱਖਿਆ ਇੱਥੋਂ ਹੀ ਦਸਤਾਰ ਸਜਾਉਣੀ ਤੁਸੀਂ ਸਟਾਰਟ ਕਰਨੀ ਹੈ ਖੱਬੀ ਸਾਈਡ ਤੇ ਤੁਸੀਂ ਪਹਿਲਾਂ ਤਾਂ ਕੇਸਾਂ ਨੂੰ ਇਕੱਠੇ ਕਰ ਲੈਣਾ ਹੈ ਫਿਰ ਜੂੜਾ ਸੈਬ ਕਰ ਲੈਣਾ ਹੈ ਚੰਗੀ ਤਰ੍ਹਾਂ ਆਰਾਮ ਨਾਲ ਥੋੜਾ ਢਿੱਲਾ ਜੂੜਾ ਕਰਨਾ ਹੈ ਧਿਆਨ ਰੱਖਿਓ ਇਸ ਚੀਜ਼ ਦਾ ਕੇਸ ਥੋੜੀ ਜਿਹੀ ਢਿੱਲੇ ਹੀ ਰੱਖਣਿਆ ਇਸ ਜਗ੍ਹਾ ਤੇ ਟਾਈਟ ਜੂੜਾ ਨਾ ਕਰਿਓ ਨਹੀਂ ਤਾਂ ਦਸਤਾਰ ਤੁਹਾਡੀ ਇਸ ਜਗ੍ਹਾ ਤੋਂ ਦਬ ਪਾਉਗੀ ਤੁਹਾਡੇ ਮੱਥੇ ਤੇ ਤੇ ਉਹਨਾਂ ਤੁਹਾਡਾ ਸਿਰ ਦਰਦ ਹੋ ਸਕਦਾ ਹੈ 1 ਮੀਟਰ ਦਾ ਬੇਸ ਜਿਹੜਾ ਅਸੀਂ ਤੈਨ ਲਗਾ ਕੇ ਰੱਖਿਆ ਹੋਇਆ ਉਹਨੂੰ ਤੁਸੀਂ ਇਸ ਤਰੀਕੇ ਨਾਲ ਰੱਖ ਲੈਣਾ ਲੰਬੇ ਲੋਟ ਮੋਢੇ ਹਿੱਸੇ ਤੋਂ ਪਿੱਛੇ ਤੱਕ ਕਾਨਰ ਦੇ ਆਨ ਸੈਂਟਰ ਦੇ ਵਿੱਚ ਰੱਖਣਾ ਹੈ ਤੇ ਇਹਦੇ ਉਪਰੋਂ ਤੁਸੀਂ 80 ਸੈਂਟੀਮੀਟਰ ਦਾ ਜਿਹੜਾ ਪਰਦਾ ਹੈ ਉਹ ਸਜਾ ਲੈਣਾ ਹੈ بیس ਆਪਣੀ ਜਗ੍ਹਾ ਤੋਂ ਨਾ ਹਿਲੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਪਿੱਛੇ ਦੋ ਗੱਠਾਂ ਮਾਨੀਆਂ ਨੇ ਤਾਂ ਜੋ ਆਪਣਾ بیس ਆ ਟਾਈਟ ਹੋ ਜਵੇ ਤੇ ਦਸਤਾਰ ਸਜਾਉਣ ਵੇਲੇ ਹਿੱਲੇ ਨਾ ਧਿਆਨ ਰੱਖਿਓ ਕਿ ਆਪਣਾ بیس ਆ ਜਿਹੜਾ ਹਮੇਸ਼ਾ ਟਾਈਟ ਹੀ ਹੋਵੇ ਥੋੜਾ ਜਿਹਾ ਕਿ ਦਸਤਾਰ ਸਜਾਉਣ ਵੇਲੇ ਹਿੱਲੇ ਨਾ ਜੇ بیس ਢਿੱਲਾ ਹੋਏਗਾ ਤਾਂ ਦਸਤਾਰ ਵੀ ਤੁਹਾਡੀ ਢਿੱਲੀ ਹੀ ਬੱਜੇਗੀ ਤੇ ਮੇਰੇ ਵੀਰੋ ਹੁਣ ਤੁਸੀਂ ਕੀ ਕੰਨਾ ਸਲਾਈ ਨਾਲ ਹਰ ਇੱਕ ਹਿੱਸੇ ਤੋਂ ਕੇਸਾਂ ਨੂੰ ਅੰਦਰ ਕਰਨਾ ਹੈ ਆ ਤੇ ਪਿੱਛੋ ਜੀ ਇਸ ਪੱਲੇ ਨੂੰ ਖਿੱਚ ਕੇ ਦੋਨੋਂ ਪੱਲੇ ਬਰਾਬਰ ਕਰਕੇ ਇਹਨਾਂ ਨੂੰ ਦੋਨਾਂ ਨੂੰ ਅੰਦਰ ਨੂੰ ਫੋਲਡ ਕਰਕੇ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖਦੇ ਹੋਏ ਇਹਨੂੰ ਪੱਲੇ ਵਾਂਗ ਰੱਖਣਾ ਹੈ ਇੱਕ ਵਾਰੀ ਦਸਤਾਰ ਵਾਂਗੂ ਪਿੰਚ ਕਰ ਦੇਣਾ ਤੇ ਕੰਨ ਦੇ ਉੱਪਰੋਂ ਖਿੱਚ ਕੇ ਪੱਲੇ ਨੂੰ ਲਗਾ ਦੇਣਾ ਇਹਦੇ ਨਾਲ ਤੁਹਾਡਾ ਕੰਨ ਆ ਜਿਹੜਾ ਦੱਬ ਹੋ ਜਾਊਗਾ ਤੇ ਦਸਤਾਰ ਦੇ ਵਿੱਚੋਂ ਬਾਹਰ ਨਹੀਂ ਆਊਗਾ ਤੇ ਪੱਲੇ ਨੂੰ ਇਸ ਤਰੀਕੇ ਨਾਲ ਤੁਸੀਂ ਪਿੱਛੋ ਜੀ ਘੁਮਾ ਕੇ ਬਾਕੀ ਬਚਦੇ ਪੱਲੇ ਨੂੰ ਅੰਦਰ ਕਰ ਦੇਣਾ ਖੱਬੇ ਪਾਸੇ ਤੁਸੀਂ ਬੇਸ ਨੂੰ ਇਸ ਪੱਲੇ ਦੇ ਅੰਦਰ ਕਰ ਦੇਣਾ ਤਾਂ ਜੋ ਇੱਥੇ ਕੋਈ ਡੂੰਗ ਨਾ ਰਹਿ ਜਾਵੇ ਬਾਅਦ ਦੇ ਵਿੱਚ ਤੇ ਪਿੱਛੇ ਤੱਕ ਇਸ ਪੱਲੇ ਨੂੰ ਸਾਫ਼ ਕਰਨਾ ਹੈ ਇਹਦੇ ਉੱਪਰੋਂ ਤੁਸੀਂ ਇੱਕ 50 ਸਜਾ ਲੈਣੀ ਹੈ ਆਪਣੀ ਟੀ-ਸ਼ਰਟ ਦੇ ਨਾਲ ਦੀ ਜਾਂ ਕੋਈ ਵੀ ਤੁਸੀਂ ਮੈਚਿੰਗ ਕਰ ਸਕਦੇ ਹੋ ਨਾਲ ਪੱਲੇ ਨੂੰ ਦੇਖ ਲਓ ਜਿਆਦਾ ਵੱਡੀ ਜਦੋਂ 50 ਹੁੰਦੀ ਹੈ ਉਦੋਂ ਮੈਂ ਗੱਠ ਨਹੀਂ ਮਾਰਦਾ ਇੱਕ ਪੱਲੇ ਨੂੰ نیچے ਦੇ ਕੇ ਦੂਜੇ ਪੱਲੇ ਨੂੰ ਘੁਮਾ ਕੇ ਅੰਦਰ ਕਰ ਦੇਣਾ ਇੰਨਾ ਜਿਆਦਾ ਇਕੱਠਾ ਨਹੀਂ ਹੁੰਦੀ ਆ ਪਿੱਛੇ ਜਿਆਦਾ ਇਕੱਠਾ ਪਿੱਛੇ ਚੁੱਪ ਸਕਦੀਆਂ ਨੇ ਇਸ ਲਈ ਘੱਟ ਹੀ ਇਕੱਠਾ ਮਾਰਨੀਆਂ ਨੇ ਪਿੱਛੇ ਤੇ ਜਿਹੜਾ ਪੱਲਾ ਸੀ ਆਖੀਰ ਤੇ ਫੜਿਆ ਸੀ ਪੋਣੀ 'ਚ ਉਸ ਪੱਲੇ ਨੂੰ ਮੂਹ ਦੇ ਵਿੱਚ ਰੱਖ ਕੇ ਤੁਸੀਂ ਪਹਿਲੇ ਪੇਚ ਨੂੰ ਇਸ ਤਰੀਕੇ ਨਾਲ ਰੱਖ ਲੈਣਾ ਹੈ ਤੇ ਇਹਦੇ ਤੁਸੀਂ ਦੋ ਪੇਚ ਬਣਾਣੇ ਆ ਦੋ ਪੇਚ ਦਸਤਾਰ ਦਾ ਪੱਲਾ ਖੋਲ ਲੈਣਾ ਖੋਲ ਕੇ ਇੱਕ ਵਾਰੀ ਅੰਦਰ ਨੂੰ ਫੋਲਡ ਕਰਾਂਗੇ ਇਹਨੂੰ ਫੋਲਡ ਕਰਕੇ ਇੱਕ ਲੀਅਰ ਬਣ ਜੂਗੀ ਠੀਕ ਹੈ ਤੇ ਇਹਨੂੰ ਇੱਕ ਵਾਰੀ ਹੋਰ ਅੰਦਰ ਨੂੰ ਫੋਲਡ ਕਰਾਂਗੇ ਇਸ ਪੱਲੇ ਨੂੰ ਤੁਸੀਂ ਇੱਕ ਵਾਰੀ ਵੀ ਫੋਲਡ ਕਰ ਸਕਦੇ ਹੋ ਦੋ ਵਾਰੀ ਵੀ ਫੋਲਡ ਕਰ ਸਕਦੇ ਹੋ ਤੇ ਉੱਪਰੋ ਜੀ ਇਹਦੇ ਇੱਕ ਹੋਰ ਪੇਚ ਬਣਾ ਲੈਣਾ ਹੈ ਪੇਚ ਦੋਨੋਂ ਲਗਭਗ ਬਰਾਬਰ ਮੋਟੇ ਹੋਣੇ ਚਾਹੀਦੇ ਤੇ ਜਿੱਥੋਂ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੁੰਦਾ ਉੱਥੇ ਵੀ ਬ बनानी ਹੈ ਦੋਨੋਂ ਪੇਚਾਂ ਦੇ ਵਿੱਚ ਜਿਹੜਾ ਗੈਪ ਆ ਉਹ ਪਹਿਲਾਂ ਤਾਂ ਤੁਸੀਂ ਮਾਈਨਰ ਜਿਆ ਰੱਖਣਾ ਹੈ ਮਤਲਬ ਕਿ ਉਨਾਂ ਕ ਜਿੰਨਾ ਕ ਤੁਸੀਂ ਰੱਖਣਾ ਚਾਹੁੰਦੇ ਉਹ ਤੋਂ ਥੋੜਾ ਜਿਹਾ ਘੱਟ ਕਿਉਂਕਿ ਬਾਅਦ ਦੇ ਵਿੱਚ ਜਦੋਂ ਅਸੀਂ ਸਲਾਈ ਫੇਰਾਂਗੇ ਤਾਂ ਗੈਪ ਇਸ ਦੇ ਵਿੱਚ ਵਧਣਾ ਹੀ ਵਧਣਾ ਹੈ ਤੇ ਸੱਜੇ ਪਾਸੇ ਤੁਸੀਂ ਦੋਨੋਂ ਪੱਲੇ ਨਿਚਲੀ ਸਾਈਡ ਤੋਂ ਬਰਾਬਰ ਕਰਨ ਤੋਂ ਬਾਅਦ ਚੋਂ ਪਿਛਲੇ ਹਿੱਸੇ ਤੋਂ ਪਿੰਚ ਕਰਕੇ ਉੱਪਰੋ ਜੀ ਇਸ ਪੱਲੇ ਦਾ ਮੋਟਾ ਹਿੱਸਾ ਉੱਪਰ ਰੱਖਣਾ ਹੈ ਦੋਨੋਂ ਖੁੱਲੇ ਹਿੱਸੇ نیچے ਰੱਖਣੇ ਆ ਲੜ ਨੂੰ ਖਿੱਚ ਕੇ ਸਾਫ਼ ਕਰਾਂਗੇ ਸਾਫ਼ ਕਰਕੇ ਉਪਰੋ ਜੀ ਮੋਟਾ ਕਰਾਂਗੇ ਦੋਨੋਂ ਪੱਲੇ ਬਰਾਬਰ ਕਰਕੇ ਤਿੰਨ ਕੁੰਗਲਾ ਦੇ ਗੈਪ ਨਾਲ ਤੁਸੀਂ ਉਪਰੋ ਜੀ ਲੜ ਬਣਾਣੇ ਸ਼ੁਰੂ ਕਰ ਦੇਣੇ ਆ ਪਹਿਲਾ ਲੜ ਬਣਾਵਾਂਗੇ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਨੇ ਦੂਜਾ ਲੜ ਚ ਵੀ ਦੋਨੋਂ ਪੱਲੇ ਬਰਾਬਰ ਹੋਣ ਤੇ ਤੀਜੇ ਲੜ ਚ ਵੀ ਇਹਦੇ ਨਾਲ ਤੁਹਾਡੇ ਤਿੰਨੋਂ ਲੜਨੇ ਜਿਹੜੇ ਉਹ ਬਰਾਬਰ ਮੋਟੇ ਹੋਣਗੇ ਇਹਨਾਂ ਪੇਚਾਂ ਨੂੰ ਤੁਸੀਂ ਧਿਆਨ ਰੱਖਣਾ ਹੈ ਇੱਕ ਚੀਜ਼ ਖਾਸ ਦੱਸਣ ਜਾ ਰਿਹਾ ਮੈਂ ਇਸ ਦਸਤਾਰ ਦੇ ਵਿੱਚ ਤੁਸੀਂ ਪੇਚ ਜਿਆਦਾ ਮੋਟੇ ਨਹੀਂ ਕਰਨੇ ਜੇ ਜਿਆਦਾ ਮੋਟੇ ਕਰੋਗੇ ਪੇਚ ਤਾਂ ਤੁਹਾਡੀ ਦਸਤਾਰ ਆ ਜਿਹੜੀ ਵੇਵ ਸਟਾਈਲ ਜਾਂ ਲਹਿਰਾ ਵਾਲੀ ਦਸਤਾਰ ਦੇ ਵਿੱਚ ਕਨਵਰਟ ਕਰਨ ਚ ਤੁਹਾਨੂੰ ਔਖ ਮਹਿਸੂਸ ਹੋਵੇਗੀ ਇਸ ਲਈ ਸਾਰੇ ਪੇਚਾਂ ਨੂੰ ਤੁਸੀਂ ਸਾਫ਼ ਹੀ ਕਰਨਾ ਹੈ ਤੇ ਮੋਟਾ ਉੱਥੇ ਕਰਨਾ ਪੇਚ ਨੂੰ ਜਿਹੜਾ ਜਿਆਦਾ ਪਤਲਾ ਲੱਗਦਾ ਹੋਵੇ ਇੱਕ ਇੱਕ ਕਰਕੇ ਇਹਨਾਂ ਤਿੰਨਾਂ ਪੇਚਾਂ ਦੇ ਗੈਪ ਨੂੰ ਮੇਨਟੇਨ ਕਰਨਾ ਹੈ ਤੇ ਦੇਖ ਲੈਣਾ ਕਿ ਜਿੰਨੇ ਪੇਚ ਲਗਾਏ ਆ ਉਹਨਾਂ ਦੇ ਅਕੋਰਡਿੰਗ ਇਹਨਾਂ ਦਾ ਗੈਪ ਬਰਾਬਰ ਹੈ نیچے ਤੱਕ ਸਲਾਈ ਫੇਰ ਕੇ ਸਾਰੇ ਪੇਚਾਂ ਨੂੰ ਤੁਸੀਂ ਇਕੋਲੇ ਮੇਨਟੇਨ ਕਰਨਾ ਆ ਪਿੱਛੇ ਤੱਕ ਸਾਰੇ ਪੇਚਾਂ ਨੂੰ ਸਾਫ਼ ਕਰਨਾ ਹੈ ਜਿਵੇਂ ਮੈਂ ਸਟਾਰਟਿੰਗ 'ਚ ਤੁਹਾਨੂੰ ਦੱਸਿਆ ਕਿ ਪੇਚ ਜਿਆਦਾ ਮੋਟੇ ਨਹੀਂ ਕਰਨੇ ਕਿਤੇ ਡੰਗ ਨਾ ਪਵੇ ਇਸ ਚੀਜ਼ ਦਾ ਵੀ ਤੁਸੀਂ ਖਾਸ ਧਿਆਨ ਦੇਣਾ ਹੈ ਪਿੱਛੇ ਤੱਕ ਤੁਸੀਂ ਇਹਨਾਂ ਤਿੰਨਾਂ ਪੱਲਿਆਂ ਨੂੰ ਬਰਾਬਰ ਕਰਦੇ ਹੋਏ ਫਿਰ ਪਿੰਚ ਕਰ ਦੇਣਾ ਹੈ ਹੁਣ ਤੁਸੀਂ ਰਾਈਟ ਸਾਈਡ ਤੋਂ ਫਿਰ ਉਹੀ ਚੀਜ਼ ਨੂੰ ਅਪਲਾਈ ਕਰਨਾ ਹੈ ਦੇਖ ਲੈਣਾ ਕਿ ਸਾਰੇ ਪੇਚ ਸਹੀ ਨੇ ਮੋਲੇ ਹਿੱਸੇ ਤੋਂ ਦੋਨੋਂ ਪੱਲੇ ਬਰਾਬਰ ਕਰਾਂਗੇ ਪਿੱਛੋ ਜੀ ਪਿੰਚ ਕਰਕੇ ਪਹਿਲੇ ਲਾਏ ਲੜ ਨਾਲੋਂ ਥੋੜਾ ਜਿਹਾ ਨੀਵਾਂ ਰੱਖਾਂਗੇ ਇਸ ਲੜ ਨੂੰ ਉਪਰੋਂ ਦੀ ਇਸ ਲੜ ਨੂੰ ਮੋਟਾ ਕਰਾਂਗੇ نیچے ਨੂੰ ਖਿੱਚ ਕੇ ਸਾਫ਼ ਵੀ ਕਰਾਂਗੇ ਤੇ ਹੁਣ ਤੁਸੀਂ ਦੇਖ ਸਾਰਿਓ ਰਾਈਟ ਸਾਈਡ ਤੋਂ ਤੁਹਾਨੂੰ ਦਿਖਾ ਰਿਹਾ ਵਿਊ ਅਸੀਂ ਇਸੇ ਤਰੀਕੇ ਨਾਲ ਤੁਸੀਂ ਵੀ ਦਸਤਾਨ ਨੂੰ ਹਰੀ ਕਿਸੇ ਤੋਂ ਸਾਫ਼ ਕਰਨਾ ਹੈ ਹੁਣ ਇਸ ਪੱਲੇ ਨੂੰ ਤੁਸੀਂ ਖੋਲ ਲੈਣਾ ਹੈ ਖੋਲ ਕੇ ਦੋਨੋਂ ਪੱਲੇ ਤੁਹਾਡੇ ਬਰਾਬਰ ਹੋਣੇ ਚਾਹੀਦੇ ਨੇ ਪਹਿਲਾਂ ਤਾਂ ਤਿੰਨ ਕੁੰਗਲਾਂ ਦੇ ਗੈਪ ਨਾਲ ਤੁਸੀਂ ਕੀ ਕਰਨਾ ਇੱਕ ਲੜ ਬਣਾਣਾ ਹੈ ਤੇ ਫਿਰ ਦੂਜਾ ਲੜ ਬਣਾਣਾ ਹੈ ਧਿਆਨ ਰੱਖਿਓ ਕਿ ਦੋਨੋਂ ਲੜਾਂ ਦੇ ਵਿਚਾਲਾ ਗੈਪ ਆ ਜਿਹੜਾ ਉਹ ਤੁਹਾਡਾ ਜ਼ਿਆਦਾ ਹੋਣਾ ਚਾਹੀਦਾ ਹੈ ਫੇਤੀ ਜਲਾੜ ਰੱਖਣਾ ਹੈ ਤਿੰਨੋਂ ਪੇਚ ਇੱਕੋ ਜਗ੍ਹਾ ਤੇ ਪਿੰਚ ਕੰਨੇ ਨੇ ਤੇ ਉਪਰੋਂ ਵੀ ਦਸਤਾਨ ਨੂੰ ਪਿੰਚ ਕੰਨਾ ਹੈ ਤਾਂ ਜੋ ਤੁਹਾਡੀ ਦਸਤਾਨ ਮੋਹਣ ਨੂੰ ਆਵੇ ਪਿੱਛੇ ਨੂੰ ਨਾ ਖਿਸਕੇ ਇੱਕ ਇੱਕ ਕਰਕੇ ਤਿੰਨਾ ਪੇਚਾਂ ਨੂੰ ਤੁਸੀਂ ਸਹੀ ਕਰਨਾ ਹੈ ਬਰਾਬਰ ਕਰਨਾ ਹੈ ਤੇ ਇਹਨਾਂ ਦੀ ਜਿਹੜੀ ਸਪੇਸ ਆ ਉਹਨਾਂ ਨੂੰ ਵੀ ਮੇਨਟੇਨ ਕਰਨਾ ਹੈ ਪੇਚਾਂ ਦੇ ਵਿਚਲਾ ਗੈਪ ਆ ਉਹ ਵੀ ਜਿਹੜਾ ਜ਼ਿਆਦਾ ਹੋਣਾ ਚਾਹੀਦਾ ਆ ਸਲਾਈ ਦੀ ਹੈਲਪ ਨਾਲ ਤੁਸੀਂ ਇਹਨਾਂ ਨੂੰ ਸਾਫ਼ ਕਰਨਾ ਹੈ ਦੁਬਾਰਾ ਰਿਪੀਟ ਕਰ ਰਹੇ ਹਾਂ ਪੇਚ ਜ਼ਿਆਦਾ ਮੋਟੇ ਨਹੀਂ ਕਰਨੇ ਅਸੀਂ ਇਹ ਇੱਕ ਅਲੱਗ ਸਟਾਈਲ ਹੀ ਆ ਮੇਰੇ ਵੀਰੋ ਕਿਉਂਕਿ ਇਹਦੇ ਵਿੱਚ ਇੱਕ ਨਵੀਂ ਚੀਜ਼ ਆ ਉਹ ਇਹ ਆ ਕਿ ਪੇਚ ਜ਼ਿਆਦਾ ਮੋਟੇ ਨਹੀਂ ਕਰਨੇ ਅਸੀਂ ਜੇ ਜ਼ਿਆਦਾ ਪੇਚ ਮੋਟੇ ਕਰੂਗੇ ਤਾਂ ਉਹ 3D ਕਰਨ ਦੇ ਲਾਇਕ ਹੋ ਜਾਣੇ ਆ ਉਹ ਤੇ ਉਹਨਾਂ ਨੂੰ ਵੇਵ ਸਟਾਈਲ ਦੇ ਵਿੱਚ ਕਨਵਰਟ ਕਰਨਾ ਥੋੜਾ ਔਖਾ ਹੋ ਜਾਣਾ ਮੋਟੇ ਪੇਚਾਂ ਨੂੰ ਅੰਦਰ ਜ਼ਿਆਦਾ ਫੋਲਡ ਨਹੀਂ ਕਰ ਸਕਦੇ ਅਸੀਂ ਇਸ ਚੀਜ਼ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਇੱਕ-ਇੱਕ ਕਰਕੇ ਤਿੰਨਾਂ ਪੇਚਾਂ ਦੇ ਤੁਸੀਂ ਗੈਪ ਨੂੰ ਬਰਾਬਰ ਕਰਨਾ ਹੈ ਤੇ ਪੇਚ ਮੋٹے ਵੀ ਬਰਾਬਰ ਕਰਨੇ ਆ ਮੋٹے ਕਰਨ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਆਦਾ ਮੋٹے ਕਰਨੇ ਮੋٹے ਕਰਨ ਦਾ ਮਤਲਬ ਇਹ ਹੈ ਕਿ ਜੇ ਕੋਈ ਲੜ ਤੁਹਾਡਾ ਇਕੁਅਲ ਘੱਟ ਮੋਟਾ ਪਤਲਾ ਆ ਤਾਂ ਉਹਨਾਂ ਨੂੰ ਬਰਾਬਰ ਮੋਟੇ ਕਰੋ ਸਾਰਿਆਂ ਨੂੰ ਪਿੱਛੇ ਤੱਕ ਮੰਨ ਲਓ ਜੇ ਕੋਈ ਦੋ ਲੜ ਤੁਹਾਡੇ ਮੋٹے ਨੇ ਤੇ ਤੀਜਾ ਲੜ ਜਿਹੜਾ ਪਤਲਾ ਲੱਗੇ ਉਹਨਾਂ ਦੇ ਸਾਹਮਣੇ ਉਹ ਤੀਜੇ ਲੜ ਨੂੰ ਵੀ ਦੋਨਾਂ ਲੜਾਂ ਦੇ ਬਰਾਬਰ ਤੁਸੀਂ ਮੋਟਾ ਕਰਨਾ ਹੈ ਕਹਿਣ ਦਾ ਮਤਲਬ ਇਹ ਹੈ ਹੁਣ ਪਿੱਛੇ ਤੱਕ ਸਾਰੇ ਪੇਚਾਂ ਨੂੰ ਸਾਫ਼ ਕਰਨ ਤੋਂ ਬਾਅਦ ਜੋ ਪਿੱਛੋ ਜੀ ਇਸ ਤਰੀਕੇ ਨਾਲ ਇਸ ਲੜ ਨੂੰ ਵੀ ਪਿੰਚ ਕਰਨਾ ਹੈ ਮੋਟਾ ਹਿੱਸਾ ਉੱਪਰ ਰੱਖ ਕੇ ਇਹਨੂੰ ਵੀ ਉਪਰੋ ਜੀ ਫੋਲਡ ਕਰਨਾ ਹੈ ਇਸ ਤਰੀਕੇ ਨਾਲ ਕੰਨ ਦੇ ਉੱਪਰੋ ਜੀ ਕਪੜਾ ਚੱਕ ਕੇ ਉਪਰੋ ਜੀ ਲੜ ਨੂੰ ਸਾਫ਼ ਕਰਨਾ ਹੈ نیچے ਨੂੰ ਖਿੱਚਣਾ ਹੈ ਨਾਲ ਦੇ ਨਾਲ ਦੇਖ ਲਿਓ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਐ ਸਲਾਈ ਤੋਂ نیچے ਪਹਿਲਾ ਲੜ ਫੜਨਾ ਹੈ ਜਿਸ ਨਾਲ ਸਲਾਈ ਤੁਹਾਡੀ ਗਾਇਬ ਹੋ ਜਾਵੇਗੀ ਦੋਨੋਂ ਪੱਲੇ ਬਰਾਬਰ ਹੋਣੇ ਚਾਹੀਦੇ ਨੇ ਇਸ ਗੱਲ ਦਾ ਤੁਸੀਂ ਵੀ ਖਾਸ ਧਿਆਨ ਰੱਖਣਾ ਹੈ ਜੇ ਕਿਸੇ ਲੜ 'ਚ ਦੂਜਾ ਪੱਲਾ ਨਾ ਹੋਊਗਾ ਤੇ ਉਹ ਨਾਲ ਤੁਹਾਡਾ ਉਹ ਲੜ ਪਤਲਾ ਹੋ ਜਵੇਗਾ ਠੀਕ ਹੈ ਇਸ ਲਈ ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਇਸ ਛੀ ਨੂੰ ਤਿੰਨੋਂ ਲੜ ਇੱਕੋ ਜਗ੍ਹਾ ਤੇ ਪਿੰਜ ਕਰਨੇ ਆ ਤੇ ਉੱਪਰੋਂ ਵੀ ਦਸਤਾਨ ਨੂੰ ਫੋਲਡ ਕਰਾਂਗੇ ਦੇਖ ਲਿਓ ਜੇ ਸਲਾਈ ਆਂਦੀ ਹੋਵੇ ਵਿੱਚ ਤਾਂ ਅੰਦਰੋਂ ਹੀ ਲੜ ਨੂੰ ਖੋਲ ਲਿਓ ਤੇ ਸਲਾਈਆਂ ਨੂੰ ਕਰ ਤੇ ਘਾ ਦਿਓ ਜਿਹੜੀ ਤੁਹਾਨੂੰ ਦਿੱਕਤ ਨਾ ਦੇਵੇ ਦਸਤਾਰ ਸਜਾਉਣ ਤੋਂ ਬਾਅਦ ਚੋਂ ਇੱਕ ਇੱਕ ਕਰਕੇ ਤਿੰਨਾ ਪੇਚਾਂ ਨੂੰ ਤੁਸੀਂ ਸਾਫ਼ ਕਰਨਾ ਹੈ ਦੇਖ ਸਾਹ ਰਹੇ ਤੁਹਾਨੂੰ ਦੇਖਣ ਤੋਂ ਹੀ ਪਤਾ ਲੱਗਦਾ ਹੋਣਾ ਕਿ ਆਪਣੇ ਲਾੜਾ ਜਿਹੜੇ ਉਹ ਜ਼ਿਆਦਾ ਮੋٹے ਨਹੀਂ ਹੈਗੇ ਇਹਨਾਂ ਨੂੰ ਬਸ ਅਸੀਂ ਸਾਫ਼ ਕਰਨਾ ਹੈ ਤੇ ਇਕੁਅਲ ਮੋਟਾ ਕਰਨਾ ਹੈ ਤੇ ਇਹਨਾਂ ਦੀ ਜਿਹੜੀ ਸਪੇਸ ਆ ਉਹ ਬਰਾਬਰ ਰੱਖਣੀ ਹੈ ਸਿ। 1/1 ਇਹਨਾਂ ਨੂੰ ਸਾਰਿਆਂ ਨੂੰ ਸਾਫ਼ ਕਰਾਂਗੇ। ਜੇ ਕਿਤੇ ਤੁਹਾਨੂੰ ਕੋਈ ਕਮੀ ਪੇਛੀ ਲੱਗਦੀ ਹੋਵੇ ਲੜ ਦੇ ਵਿੱਚ ਵਟ ਰਹਿ ਗਏ ਹੋਣ ਉਹਨਾਂ ਨੂੰ ਸਹੀ ਤਰੀਕੇ ਨਾਲ ਸਾਫ਼ ਕਰਨਾ ਹੈ। ਜਿਹੜੇ ਵਟ ਅੱਗੇ ਨੂੰ ਪੈਂਦੇ ਨੇ ਉਹਨਾਂ ਨੂੰ ਪਿੱਛੇ ਨੂੰ ਸਲਾਈ ਫਿਰ ਕੇ ਸਾਫ਼ ਕਰਨਾ ਹੈ। ਜਿਹੜੇ ਵਟ ਪਿੱਛੇ ਨੂੰ ਪੈਂਦੇ ਨੇ ਉਹਨਾਂ ਨੂੰ ਅੱਗੇ ਨੂੰ ਸਲਾਈ ਫਿਰ ਕੇ ਸਾਫ਼ ਕਰਨਾ ਹੈ ਤੁਸੀਂ। ਨਾਰਮਲ ਜੀ ਥਿਊਰੀ ਹੈ ਇਹ। ਤੇ ਪਿੱਛੇ ਤੱਕ ਸਾਰੇ ਪੇਚਾਂ ਨੂੰ ਤੁਸੀਂ ਸਾਫ਼ ਕਰਦੇ ਇਸ ਤਰੀਕੇ ਨਾਲ ਲਗਾ ਦੇਣਾ ਆ। ਸਾਰੀਆਂ ਚੀਜ਼ਾਂ ਤੁਸੀਂ ਵੀ ਘਰ ਬੈਠੇ ਕਰ ਸਕਦੇ ਹੋ ਜੇ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕੀਤੀ ਹੋਵੇ। ਜੇ ਤੁਹਾਨੂੰ ਕੋਈ ਵੀ ਚੀਜ਼ ਸਮਝ ਨਹੀਂ ਆਂਦੀ ਤਾਂ ਉਸ ਜਗ੍ਹਾ ਤੋਂ ਵੀਡੀਓ ਦੇਖਿਆ ਕਰੋ बार-बार ਦੇਖਿਆ ਕਰੋ ਵੀਡੀਓ ਨੂੰ ਤਾਂ ਫਿਰ ਆਪ ਕਰਨ ਦੀ ਕੋਸ਼ਿਸ਼ ਕਰੋ ਇੱਕ ਵਾਰੀ ਤਾਂ ਕੋਈ ਵੀ ਨਹੀਂ ਕਰ ਸਕਦਾ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਨਹੀਂ ਹੁੰਦਾ ਕਿ ਪਹਿਲੀ ਵਾਰ ਹਰ ਕੋਈ ਬੰਦਾ ਕਰ ਲਵੇ ਕਈਆਂ ਨੂੰ ਕਈ ਚੀਜ਼ਾਂ ਕਰਨ ਨੂੰ ਟਾਈਮ ਲੱਗ ਜਾਂਦਾ ਹੁੰਦਾ ਉਪਰੋ ਜੀ ਲੜ ਨੂੰ ਖਿੱਚ ਕੇ ਤੁਸੀਂ ਸਾਫ਼ ਕਰ ਲੈਣਾ ਦੇਖ ਲੈਣਾ ਸ਼ੇਪ ਬਰਾਬਰ ਹੈ ਪਿੱਛੇ ਤੱਕ ਸਾਰੇ ਲੜ ਤੁਸੀਂ ਖਿੱਚ ਕੇ ਅੰਦਰੋਂ ਫੋਲਡ ਕਰ ਦੇਣੇ ਨੇ ਫੋਲਡ ਕਰਨ ਤੋਂ ਬਾਅਦ ਤੁਸੀਂ ਦੇਖ ਲੈਣਾ ਸਾਰੇ ਲੜ ਬਰਾਬਰ ਇਕੁਅਲ ਗੈਪ ਦੇ ਵਿੱਚ ਨੇ ਤਾਂ ਸਹੀ ਆ ਉੱਪਰੋਂ ਜੀ ਇੱਕ ਇੱਕ ਲੜ ਨੂੰ ਆਪਾਂ ਪਿੰਚ ਕਰਨਾ ਹੈ ਜਿੰਨਾ ਉੱਪਰੋਂ ਵੀ ਦਸਤਾਰ ਥੋੜੀ ਜਿਹੀ ਮੂਲਲੇ ਹਿੱਸੇ ਨੂੰ ਆਵੇ ਤੇ ਕੰਨ ਵਾਲੇ ਹਿੱਸੇ ਤੋਂ ਦੋਨੋਂ ਪੱਲੇ ਨੂੰ ਫੜ ਕੇ ਅੱਧੇ ਕੰਨ ਦੇ ਉੱਪਰੋਂ ਜੀ ਖਿੱਚ ਕੇ ਅੰਦਰ ਨੂੰ ਕਰ ਦੇਣਾ ਇੱਥੋਂ ਇਹਨਾਂ ਤੁਹਾਡਾ ਜਿਹੜਾ ਕੰਨ ਆ ਦੱਬ ਹੋ ਜਾਊਗਾ ਥੋੜਾ ਜਿਹਾ ਦਰਦ ਨਹੀਂ ਕਰੂਗਾ ਬਸ ਦੱਬ ਹੋਊਗਾ ਥੋੜਾ ਜਿਹਾ ਜਿਹੜਾ ਦਸਤਾਰ ਦੇ ਵਿੱਚੋਂ ਬਾਹਰ ਨੂੰ ਨਹੀਂ ਆਊਗਾ ਠੀਕ ਹੈ ਜੀ ਫਿਰ ਇਸ ਜਗ੍ਹਾ ਤੋਂ ਤੁਸੀਂ ਖਿੱਚ ਕੇ ਦੋਨੋਂ ਪੱਲੇ نیچے ਖੋਲ ਲੈਣੇ ਆ ਪਿੱਛੋਂ ਜੀ ਪਿੰਚ ਕਰਕੇ ਇਸ ਲੜ ਨੂੰ ਵੀ ਲਗਾ ਲੈਣਾ ਦੇਖੋ ਦੋਨੋਂ ਪੱਲੇ ਮੈਂ ਕੰਨ ਤੋਂ نیچے ਕੀਤੇ ਨਾ ਤੁਸੀਂ ਵੀ ਇਸੇ ਤੇ ਉਪਰਲੀ ਸਾਈਡ ਤੋਂ ਇਸ ਤਰੀਕੇ ਨਾਲ ਇਸ ਲੜ ਨੂੰ ਵੀ ਮੋਟਾ ਕਰਨਾ ਹੈ ਮੋਟਾ ਕਰਦੇ ਅੱਗੇ ਨੂੰ ਆਣਾ ਹੈ ਤੇ ਜਿਹੜੇ ਵੱਟ ਰਹਿ ਗਏ ਹੁਣ ਉਹਨਾਂ ਨੂੰ ਸੈਂਟਰ ਦੇ ਵਿੱਚ ਇਕੱਠਾ ਕਰ ਦੇਣਾ ਹੈ ਜੇ ਤਾਂ ਜ਼ਿਆਦਾ ਕਪੜਾ ਕੰਨ ਦੇ ਉੱਪਰ ਆ ਜਾਵੇ ਉਹਦੇ ਨਾਲ ਕੰਨ ਦਾ ਬਾਹਣ ਨੂੰ ਲਿਖਣਾ ਸ਼ੁਰੂ ਹੋ ਜਾਂਦਾ ਸਾਡਾ ਇਸ ਨੂੰ ਨੇ ਤੁਸੀਂ ਇਗਨੋਰ ਕਰਨਾ ਹੈ ਤੇ ਮੇਰੇ ਵੀਰੋ ਦੋਨੋਂ ਪੱਲੇ ਇਸ ਲੜ ਦੇ ਵਿੱਚ ਵੀ ਤੁਸੀਂ ਬਰਾਬਰ ਕਰਨੇ ਆ ਫਿਰ ਦੋਨੋਂ ਪੱਲਿਆਂ ਦੇ ਹੀ ਤੁਸੀਂ ਤਿੰਨ ਲੜ ਬਣਾਣੀਆਂ ਤੁਹਾਡੇ ਲੜ ਤਾਈਓ ਇਕੁਅਲ ਮੋਟੇ ਹੋਣਗੇ ਜ਼ਿਆਦਾ ਮੋਟੇ ਨਹੀਂ ਇਕੁਅਲ ਮੋਟੇ ਕਿ ਸਾਰੇ ਬਰਾਬਰ ਦੇਖਣ ਨੂੰ ਲੱਗਣ ਤੇ ਦੂਜਾ ਪੇਚ ਪਿੰਚ ਕਰਨਾ ਹੈ ਫਿਰ ਤੀਜਾ ਪੇਚ ਪਿੰਚ ਕਰਨਾ ਹੈ ਇਹਨਾਂ ਨੂੰ ਤੁਸੀਂ ਇੱਕੋ ਜਗ੍ਹਾ ਤੇ ਰੱਖਣਾ ਹੈ ਤੇ ਉੱਪਰੋਂ ਵੀ ਲੜ ਨੂੰ ਪਿੰਚ ਕਰ ਦੇਣਾ ਹੈ ਇਹਦੇ ਨਾਲ ਤੁਹਾਡੇ ਲੜ ਸਾਰੇ ਬਰਾਬਰ ਹੋਣਗੇ ਉੱਪਰਲੀ ਸਾਈਡ ਤੋਂ ਵੀ ਤੇ ਨੀਚਲੀ ਸਾਈਡ ਤੋਂ ਵੀ ਇੱਕ-ਇੱਕ ਕਰਕੇ ਇਹਨਾਂ ਤਿੰਨਾਂ ਪੇਚਾਂ ਨੂੰ ਬਾਹਰ ਕੱਢਾਂਗੇ ਬਾਹਰ ਕੱਢ ਕੇ ਹੱਥ ਫੇਰ ਕੇ ਪਿੱਛੇ ਤੱਕ ਸਾਫ਼ ਕਰਾਂਗੇ ਜਿਨ੍ਹਾਂ ਨੂੰ ਪਤਾ ਲੱਗ ਜੂ ਤੁਹਾਨੂੰ ਸਾਰੇ ਪੇਚਾਂ ਦੇ ਅੰਦਰਲਾ ਗੈਪ ਵੀ ਬਰਾਬਰ ਹੁਣ ਤੁਸੀਂ ਕੀ ਕਰਨਾ ਹੈ ਦੇਖੋ ਜਿੱਦਾਂ ਤੁਹਾਨੂੰ ਉੱਪਰਲਾ ਲੜ ਪਤਲਾ ਲੱਗ ਰਿਹਾ ਨਾ ਉਹਨੂੰ ਤੁਸੀਂ ਮੋਟਾ ਕਰਨਾ ਹੈ ਉਹਨੂੰ ਬਰਾਬਰ ਕਰਨਾ ਹੈ ਬਾਕੀ ਪੇਚ ਜਿਹੜੇ ਦੋ ਆ ਮੋੜ ਲੈ ਨੀਚਲੇ ਪੇਚ ਹਨਾ ਉਹਨਾਂ ਦੇ ਬਰਾਬਰ ਤੇ ਨੀਚਲਾ ਪੇਚ ਜਿਹੜਾ ਤੁਹਾਨੂੰ ਘੱਟ ਲੱਗਦਾ ਪਿਆ ਹਨਾ ਇਹਨੂੰ ਵੀ ਮੋਟਾ ਕਰਨਾ ਹੈ ਵਿਚਲੇ ਲੜ ਦੇ ਅਕੋਰਡਿੰਗ ਇਹ ਚੀਜ਼ਾਂ ਦੀ ਗੱਲ ਕਰ ਰਿਹਾ ਮੈਂ ਜਿਆਦਾ ਮੋਟੇ ਨਹੀਂ ਕਰਨਾ ਬਸ ਇੱਕ ਦੂਜੇ ਦੇ ਵਰਗੇ ਲੱਗਣੇ ਚਾਹੀਦੇ ਨੇ ਲੜ ਤੇ ਪਿੱਛੇ ਤਾਂ ਇਹਨਾਂ ਪੇਚਾਂ ਨੂੰ ਤੁਸੀਂ ਸਾਫ਼ ਕਰਨਾ ਹੈ ਤੁਹਾਡੇ ਪੇਚਾਂ ਦਾ ਗੈਪ ਬਰਾਬਰ ਹੋਵੇ ਪੇਜ ਜਿਹੜੇ ਆ ਦੇਖਣ ਨੂੰ ਬਰਾਬਰ ਲੱਗਣੇ ਚਾਹੀਦੇ ਨੇ ਤੇ ਗੈਪ ਜਿਹੜਾ ਪਿੱਛੇ ਤੱਕ ਸਾਫ਼ ਹੋਣਾ ਚਾਹੀਦਾ ਹੈ ਜਿੱਦਾਂ ਮੂਹਲੇ ਹਿੱਸੇ ਤੋਂ ਸਾੜੇ ਲੜ ਇੱਕੋ ਜਗ੍ਹਾ ਤੋਂ ਨਿਕਲਦੇ ਪਏ ਨਾ ਇਦਾਂ ਹੀ ਪਿੱਛੇ ਖਤਮ ਵੀ ਇੱਕੋ ਜਗਾ ਤੇ ਹੋਣੇ ਚਾਹੀਦੇ ਨੇ ਉੱਪਰੋਂ ਜੀ ਦਸਤਾਨ ਨੂੰ ਸੈੱਟ ਕਰਦੇ ਹੋਏ ਤੁਸੀਂ ਬੇਸ ਨੂੰ ਵੀ ਅੰਦਰ ਕਰ ਦੇਣਾ ਚੰਗੀ ਤਰ੍ਹਾਂ ਤੇ ਇੱਕ ਇੱਕ ਕਰਕੇ نیچے ਤੱਕ ਤਿੰਨੋਂ ਪੇਚ ਬਰਾਬਰ ਕਰਕੇ ਫਿਰ ਦਸਤਾਨ ਨੂੰ ਪਿੰਚ ਕਰ ਦੇਣਾ ਹੁਣ ਤੁਸੀਂ ਇਸ ਲੜ ਨੂੰ ਮੂਹ ਦੇ ਵਿੱਚ ਫੜ ਲੈਣਾ ਤੇ ਮੂਹਲੇ ਹਿੱਸੇ ਤੋਂ ਸਾਰੇ ਲੜ ਤੁਸੀਂ ਬਰਾਬਰ ਕਰਨੇ ਆ ਹੁਣ ਦੇ ਟਾਈਮ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਲੱਗਦੀ ਹੋਵੇ ਤੁਹਾਡੀ ਦਸਤਾਰ ਦੇ ਵਿੱਚ ਉੱਪਰਲੀ ਸਾਈਡ ਤੋਂ ਹੋਵੇ ਜਾਂ ਖੱਬੇ ਪਾਸੇ ਹੋਵੇ ਇੱਕ ਇੱਕ ਕਰਕੇ ਪਹਿਲਾਂ ਉਹਨਾਂ ਨੂੰ ਸਹੀ ਕਰਨਾ ਹੈ ਦੇਖੋ ਰਾਈਟ ਸਾਈਡ ਤੋਂ ਜਿਹੜੇ ਪੇਚ ਉੱਪਰ ਨੂੰ ਉੱਬਰਵੇਂ ਲੱਗਦੇ ਸੀ ਉਹਨਾਂ ਨੂੰ ਮੈਂ ਬਰਾਬਰ ਕਰਤਾ ਹਾਂ ਸਾਰੇ ਲੜ ਜਿਹੜੇ ਉਹਨਾਂ ਦਾ ਗੈਪ ਵੀ ਬਰਾਬਰ ਕਰ ਲੈ ਮੋਲੇ ਹਿੱਸੇ ਤੋਂ ਵੀ ਉੱਪਰਲੀ ਸਾਈਡ ਤੋਂ 베ਸ ਨੂੰ ਵੀ ਚੰਗੀ ਤਰ੍ਹਾਂ ਅੰਦਰ ਕਰਤਾ ਹਾਂ ਤਾਂ ਜੋ ਦਸਤਾਰ ਤੋਂ ਉੱਪਰ ਝਾਤੀ ਨਾ ਮਾਰਿਓ ਹੋ ਪਿੱਛੇ ਤੱਕ ਸਾਰੇ ਲੜ ਤੁਸੀਂ ਸਾਫ਼ ਕਰਨੇ ਆ ਜਿਆਦਾ ਮੋਟੇ ਨਹੀਂ ਕਰਨੇ ਮੈਂ ਫਿਰ ਬਾਰ ਬਾਰ ਰਿਪੀਟ ਕਰ ਰਿਹਾ ਹਾਂ ਇਹਨਾਂ ਚੀਜ਼ਾਂ ਨੂੰ ਕਰਨ ਲਈ ਤੁਹਾਨੂੰ ਬੜੀ ਪ੍ਰੈਕਟਿਸ ਪ੍ਰੈਕਟਿਸ ਕਰਨ ਲਈ ਤੁਹਾਨੂੰ ਵੀਡੀਓ ਨੂੰ ਬਾਰ-ਬਾਰ ਦੇਖਣਾ ਪੈਣਾ ਹੈ ਇਸ ਲਈ ਵੀਡੀਓ ਦੇਖੋ ਪੂਰੀ ਦੇਖੋ ਜਿਹੜੀਆਂ ਚੀਜ਼ਾਂ ਮੈਂ ਕਹਿ ਰਿਹਾ ਉਹਨਾਂ ਨੂੰ ਆਪਣੀ ਦਸਤਾਰ ਤੇ ਅਪਲਾਈ ਕਰੋ ਉਹਦੇ ਲਈ ਤੁਹਾਨੂੰ ਸਾਰੀ ਵੀਡੀਓ ਦੇਖਣੀ ਪੈਣੀ ਹੈ ਜਿਹੜੀਆਂ ਮੈਂ ਤੁਹਾਨੂੰ ਨਾਲ-ਨਾਲ ਜਦੋਂ ਵੀ ਆਪਾਂ ਕੋਈ ਵੀ ਚੀਜ਼ ਕਰਦੇ ਹਾਂ ਉਹਦੇ ਜੀ ਤੁਹਾਨੂੰ ਮੈਂ ਹਰ ਇੱਕ ਵੀਡੀਓ 'ਚ ਕੁਝ ਨਾਲ-ਨਾਲ ਕੁਝ ਖਾਸ ਹੀ ਦੱਸਦਾ ਹੁੰਦਾ ਆ ਤਾਂ ਜੋ ਤੁਹਾਨੂੰ ਸਮਝਣ ਦੇ ਵਿੱਚ ਆਸਾਨੀ ਹੋਵੇ ਉਸ ਦਸਤਾਰ ਨੂੰ ਪੇਚਾਂ ਦੇ ਵਿੱਚ ਜਿਹੜਾ ਗੈਪ ਆ ਤੁਸੀਂ ਇਸ ਜਗ੍ਹਾ ਤੋਂ ਜਿੱਦਾਂ ਮੈਂ ਸੱਜੇ ਹੱਥ ਨਾਲ ਫੜਿਆ ਹੋਇਆ ਹੋਏ ਨਾ ਦਸਤਾਨ ਨੂੰ ਤੇ ਖੱਬੇ ਹੱਥ ਨਾਲ ਸਾਰੇ ਲੜ ਬਰਾਬਰ ਕਰ ਰਹੇ ਹਾਂ ਇਹਦੇ ਨਾਲ ਤੁਹਾਡਾ ਲੜ نیچے ਵੀ ਕੋਈ ਗਿਰੂਗਾ ਨਹੀਂ ਠੀਕ ਹੈ ਲੜਾ ਸਾਰੇ ਬਰਾਬਰ ਵੀ ਹੋ ਜਾਣਗੇ ਪਰ ਕੋਈ ਲੜ ਬਾਹਰ ਨਹੀਂ ਆਊਗਾ ਕਿਸੇ ਤੋਂ ਆਹ ਕਿਉਂਕਿ ਸਾਰੇ ਬਰਾਬਰ ਹੀ ਰਹਿਣੇ ਉੱਪਰੋਂ ਤੁਹੋ ਪਰਜੀ ਤੁਸੀਂ ਦੇਖ ਲੈਣਾ ਕਿ ਸਾਰੀ ਦਸਤਾਰ ਸਹੀ ਆ ਤਾਂ ਉਹ ਸਹੀ ਆਪਣੀ ਜਗ੍ਹਾ ਤੇ ਇਸ ਜਗ੍ਹਾ ਤੇ ਤੁਸੀਂ ਇੱਕ ਪਿੰਨ ਲਾ ਲਿਓ ਪਿੰਨ ਲਾੜਨਾ ਤੁਹਾਡੇ ਸਾਰੇ ਪੇਚ ਆ ਜਿਹੜੇ ਉਹ ਇੱਥੇ ਹੀ ਟਿਕੇ ਰਹਿਣਗੇ ਜੇ ਕੋਈ ਪੇਚ ਤਾਂ ਵੀ نیچے ਆ ਰਿਹਾ ਹੋਵੇ ਤਾਂ ਸਲਾਈ ਦੀ ਹੈਲਪ ਨਾਲ ਤੁਸੀਂ ਉਹਨੂੰ ਅੰਦਰ ਕਰ ਸਕਦੇ ਹੋ ਦੇਖੋ ਇਹ ਸਾਰੀਆਂ ਕਮੀਆਂ ਪੇਚਿਆਂ ਤੁਸੀਂ ਆਖਰੀ ਲਾੜ ਨੂੰ ਲਾਉਣ ਤੋਂ ਪਹਿਲਾਂ ਦੂਰ ਕਰ ਲਿਓ ਕਿਉਂਕਿ ਜਦੋਂ ਆਪਾਂ ਆਖਰੀ ਲੜ ਲਾ ਲੈਨੇ ਆ ਨਾ ਤਾਂ ਸਲਾਈ ਅੰਦਰ ਤੱਕ ਮਾਰਨੀ ਥੋੜੀ ਜੀ ਔਖੀ ਲੱਗਦੀ ਹੁੰਦੀ ਹੈ ਕਰਨ ਨੂੰ ਕੁਛ ਨਹੀਂ ਹੈਗਾ ਕਰਤਾ ਸੀ ਬਾਅਦ ਚ ਵੀ ਸਕਦੇ ਆ ਬਟ ਇਸ ਟਾਈਮ ਕਰਨਾ ਥੋੜਾ ਆਸਾਨ ਹੁੰਦਾ ਹੈ ਹੁਣ ਸੱਜੇ ਪਾਸੇ ਜਿਹੜਾ ਅਸੀਂ ਸੈਕਿੰਡ ਲਾਸਟ ਪੇਜ ਲਗਾਣਾ ਇਹਦੇ ਵਿੱਚ ਅੰਦਰਲੇ ਪੱਲੇ ਨੂੰ ਅਸੀਂ ਉੱਪਰ ਇਕੱਠਾ ਕਰਤਾ ਹੈ ਤੇ ਪਿੱਛੇ ਜੀ ਦੇਖੋ ਆਪਾਂ ਮੋਟਾ ਹਿੱਸਾ ਉੱਪਰ ਕਰਕੇ ਪਿੱਛੇ ਜੀ ਪਿੰਚ ਕਰਕੇ ਇਸ ਪੇਜ ਨੂੰ ਲਗਾਤਾ ਹਾਂ ਕਿਉਂਕਿ ਜਿਆਦਾ ਕੱਪੜੇ ਦੀ ਲੋਡ ਸਾਨੂੰ ਓਪਰਲੀ ਸਾਈਡ ਤੇ ਆ ਤੇ ਨੀਚਲੇ ਹਿੱਸੇ ਤੋਂ ਸਿੰਗਲ ਪੱਲਾ ਖਿੱਚ ਕੇ ਉਹਨੂੰ نیچے ਕਰ ਲੈਣਾ ਅੱਖ ਦੇ ਉੱਪਰ ਉੱਪਰਲੀ ਸਾਈਡ ਤੋਂ ਇਸ ਲੜਨ ਨੂੰ ਤੁਸੀਂ ਮੋਟਾ ਰੱਖਣਾ ਹੈ ਧਿਆਨ ਰੱਖਣਾ ਹੈ ਨੀਚੇ ਇਕੱਲਾ ਸਿੰਗਲ ਪੱਲਾ ਹੋਵੇ ਉੱਪਰੋਂ ਜੀ ਤੇ ਦਸਤਾ ਦੀ ਜਿਹੜੀ ਛੇਪਾ ਦੋਨਾਂ ਸਾਈਡਾਂ ਤੋਂ ਇਕੁਅਲ ਬਾਹਨ ਨੂੰ ਆਣੀ ਚਾਹੀਦੀ ਆ ਆ ਜਿਹੜਾ ਢਿੱਲਾ ਹੈ ਕਪੜਾ ਨੂੰ ਖਿੱਚ ਕੇ ਇਸੇ ਲੜ ਦੇ ਅੰਦਰ ਕਰ ਦਿਓ ਇਹ ਨਾਲ ਤੁਹਾਡਾ ਲੜ ਵੀ ਸਹੀ ਰਹੇਗਾ ਤੇ ਕੰਨ ਦੇ ਉੱਪਰ ਕੋਈ ਮੋਟਾ ਹਿੱਸਾ ਵੀ ਨਹੀਂ ਆਊਗਾ ਇਸ ਲੜ ਨੂੰ ਸੱਜੇ ਪਾਸੇ ਵੀ ਦੇਖ ਸਕਦੇ ਤੁਸੀਂ ਉੱਪਰੋ ਜੀ ਆਪਾਂ ਲੜ ਜਿਹੜੇ ਆ ਬਰਾਬਰ ਕਰ ਰਹੇ ਹਾਂ ਇੱਕ ਇੱਕ ਕਰਕੇ ਦੇਖੋ ਦਿਖ ਰਿਹਾ ਨਾ ਤੁਹਾਨੂੰ ਆਸਾਨੀ ਨਾਲ ਇਹਨਾਂ ਚੀਜ਼ਾਂ ਨੂੰ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਹੱਥ ਨਾਲ ਫੋਲਡ ਕਰ ਦਿਓ ਲੜਾਂ ਨੂੰ ਤਾਂ ਜੋ ਗੈਪ ਬਰਾਬਰ ਹੋ ਜਵੇ ਦੋਨਾਂ ਅੱਖਾਂ ਨੂੰ ਬਰਾਬਰ ਟੱਕਦੇ ਹੋਏ ਤੁਸੀਂ ਇਸ ਲੜ ਨੂੰ ਇੱਕ ਵਾਰੀ ਪਿੰਚ ਕਰਨਾ ਹੈ ਜਿੱਥੇ ਬਾਕੀ ਪੇਚ ਤੇ ਇਹਨੂੰ ਫਿਰ ਖਿੱਚ ਕੇ ਸਾਫ਼ ਕਰਨਾ ਹੈ ਪਿੱਛੇ ਤੱਕ ਖੋਲ ਲੈਣਾ ਪੇਚ ਨੂੰ ਤੇ ਦੁਬਾਰਾ ਅੰਦਰ ਨੂੰ ਪਿੰਚ ਕਰ ਦੇਣਾ ਦੇਖਣ ਨੂੰ ਇਹ ਮੋਟਾ ਸਾਰੇ ਪੇਚਾਂ ਵਾਂਗ ਲੱਗਣਾ ਚਾਹੀਦਾ ਹੈ ਨਾ ਤਾਂ ਉੱਪਰੋਂ ਜ਼ਿਆਦਾ ਮੋਟਾ ਹੋਵੇ ਨਾ ਨੀਚੋਂ ਜੀ ਇਸ ਲੜ ਚ ਕੋਈ ਡੂੰਗ ਨਾ ਪਵੇ ਇਸ ਲਈ ਅੰਦਰਲੇ ਸਾਈਡ ਤੋਂ ਕਪੜਾ ਤੁਸੀਂ ਚੰਗੀ ਤਰ੍ਹਾਂ ਖੋਲ ਕੇ ਉਹਨੂੰ ਉੱਪਰ-ਥੱਲੇ ਐਡਜਸਟ ਕਰਨਾ ਹੈ ਅਕੋਰਡਿੰਗ ਟੂ ਜਿੱਦਾਂ ਤੁਹਾਨੂੰ ਚਾਹੀਦਾ ਆ ਉੱਪਰਲੀ ਸਾਈਡ ਤੋਂ ਪੇਜ ਨੂੰ ਖੋਲ ਕੇ ਅੰਦਰ ਨੂੰ ਫੋਲਡ ਕਰ ਦੇਣਾ ਕਿਉਂਕਿ ਉੱਪਰਲੀ ਸਾਈਡ ਤੋਂ ਇਹ ਲੜ ਥੋੜਾ ਖੜਵਾ ਹੋਣਾ ਚਾਹੀਦਾ ਹੈ ਜੇ ਉੱਪਰ ਪੇਜ ਨਾ ਹੋਵੇ ਤਾਂ ਉਹ ਪਿੱਛੇ ਨੂੰ ਡਿੱਗਦਾ ਹੈ ਉਹ ਨਜ਼ਰ ਆਂਦਾ ਹੁੰਦਾ ਹੈ ਸਲਾਈਨ ਨਾਲ ਤੁਸੀਂ ਇਸ ਲੜ ਨੂੰ ਖੋਲ ਕੇ ਅੰਦਰ ਫੋਲਡ ਕਰਕੇ ਇਸ ਤਰੀਕੇ ਨਾਲ ਪਿੱਛੇ ਤੱਕ ਸਾਫ਼ ਕਰਕੇ ਲਾ ਦੇਣਾ ਹੈ ਦੇਖ ਲਓ ਕਿ ਜੇ ਕੋਈ ਕਮੀ ਪੇਚੀ ਰਹਿੰਦੀ ਹੋਵੇ ਤਾਂ ਉਹਨੂੰ ਤੁਸੀਂ ਹੁਣੇ ਸੈੱਟ ਕਰਨਾ ਹੈ ਜਿੱਦਾਂ ਦੇਖੋ ਮੈਂ ਕਰਕੇ ਦਿਖਾ ਰਿਹਾ ਨਾ ਜੇ ਮੈਨੂੰ ਲੜ ਢਿੱਲਾ ਲੱਗ ਰਿਹਾ ਤਾਂ ਮੈਂ ਥੋੜਾ ਖੋਲ ਕੇ ਅੰਦਰ ਨੂੰ ਫੋਲਡ ਕਰਕੇ ਮੋਟਾ ਹਿੱਸਾ ਉੱਪਰ ਕਰਕੇ ਲਾ ਰਿਹਾ ਹਾਂ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਹਰ ਇੱਕ ਚੀਜ਼ ਨੂੰ ਡਿਟੇਲ ਚ ਸਮਝਾਉਣ ਦਾ ਮਤਲਬ ਇਹੀ ਹੈ ਕਿ ਤੁਸੀਂ ਉਹ ਖੁਦ ਕਰ ਸਕੋ ਠੀਕ ਹੈ ਜੀ ਪਿੱਛੇ تک ਦੋਨਾਂ ਸਾਈਡਾਂ ਤੋਂ ਲੜ ਨੂੰ ਫੋਲਡ ਕਰਕੇ ਤੁਸੀਂ ਲਾ ਦਿਓ ਫਿਰ ਤੁਸੀਂ ਇਹ ਜਗ੍ਹਾ ਤੇ ਲੂਪੀ ਵਾਲਾ ਪੱਲਾ ਲਗਾ ਦੇਣਾ ਹੈ ਲੂਪੀਆਲਾ ਪੱਲਾ ਲਗਾਉਣ ਦਾ ਫਾਇਦਾ ਇਹ ਹੋਊਗਾ ਕਿ ਜਿਹੜਾ ਆਪਣਾ ਲੜਾ ਉਹ ਖਿਸਕੂਗਾ ਨਹੀਂ ਕੋਈ ਵੀ ਲੜ ਹੋਵੇ ਭਾਵੇਂ ਕਲਗੀ ਵਾਲਾ ਲੜ ਵੀ ਆਪਣੀ ਜਗ੍ਹਾ ਤੇ ਟਿਕਿਆ ਰਹੂਗਾ ਤੇ ਦਸਤਾਨ ਨੂੰ ਤੁਸੀਂ ਬੈਕ ਸਾਈਡ ਤੋਂ ਉੱਪਰਲੀ ਸਾਈਡ ਤੋਂ ਚੰਗੀ ਤਰ੍ਹਾਂ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਕਲਗੀ ਵਾਲੇ ਲੜ ਨੂੰ ਤੁਹਾਨੂੰ ਫੜੇ ਰੱਖਣ ਦੀ ਕੋਈ ਜ਼ਰੂਰਤ ਨਹੀਂ ਰਹੇਂਦੀ ਫਿਰ ਹੁਣ ਦਸਤਾਨ ਨੂੰ ਥੋੜਾ ਪਾਣੀ ਲਾਵਾਂਗੇ ਪਾਣੀ ਲਾਉਣ ਨਾਲ ਦਸਤਾਰ ਥੋੜੀ ਜੀ ਬੈਠ ਜੂਗੀ ਆਪਣੀ ਜਗ੍ਹਾ ਤੇ ਕਲਗੀ ਵਾਲੇ ਲੜ ਨੂੰ ਵੀ ਪਾਣੀ ਲਾ ਲਾਂਗੇ ਤਾਂ ਜੋ ਥੋੜਾ ਖਿੱਚ ਕੇ ਲਾ ਸਕੀਏ ਅਸੀਂ ਲਾੜੇ ਇਹ ਪੂਰਾ ਹੀ ਆ ਦਸਤਾਰ ਵੀ ਮੇਰੀ ਇਹ 8 ਮੀਟਰ ਦੀ ਹੀ ਆ ਬਟ ਜਿਹੜੀਆਂ ਨਵੀਆਂ ਦਸਤਾਰਾਂ ਇਹਨਾਂ ਦੀ ਚੌੜਾਈ ਥੋੜੀ ਜਿਹੀ ਘਟਾ ਘਟ ਹੋਣ ਕਾਰਨ ਚੌੜਾਈ ਇਹਨਾਂ ਦੇ ਵਿੱਚ ਨਾ ਲੜ ਜਿਹੜੇ ਆ ਪੂਰੇ ਸੂਰੇ ਆ ਰਹੇ ਆ ਪਤਾ ਨਹੀਂ ਕਿਉਂ ਬਾਕੀ ਤੁਹਾਨੂੰ ਆਪਣੀ ਹਰ ਇੱਕ ਦਸਤਾਰ ਦੀ ਲੈਂਥ ਪਤਾ ਹੋਣੀ ਚਾਹੀਦੀ ਆ ਉਹਨੂੰ ਉਸ ਅਕੋਰਡਿੰਗ ਖਿੱਚ ਲਿਆ ਕਰੋ ਤੇ ਉਸੇ ਅਕੋਰਡਿੰਗ ਮੂੰਹ ਦੇ ਵਿੱਚ ਲੜ ਫੜਿਆ ਕਰੋ ਪਹਿਲਾਂ ਤਾਂ ਜੋ ਲੜ ਤੁਹਾਡਾ ਆਖਰੀ ਪੂਰਾ ਆਵੇ ਇਹ ਪਰਫੈਕਟ ਲੜ ਸੀਗਾ ਇੰਨਾ ਕੁ ਨੋਰਮਲ ਲੜ ਹੋ ਜਾਂਦਾ ਆ ਤੇ ਹੁਣ ਤੁਸੀਂ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਸਾਫ਼ ਕਰਨਾ ਹੈ ਜਿੱਦਾਂ ਤੁਹਾਨੂੰ ਕਿਹਾ ਸੀ ਮੋਟੇ ਨਹੀਂ ਕਰਨਾ ਸਾਫ਼ ਕਰਨਾ ਹੈ ਤੇ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਪਿੱਛੇ ਤੱਕ ਦੇਖ ਲਿਓ ਕਿ ਕੋਈ ਕਮੀ ਪੇਛੀ ਰਹਿੰਦੀ ਹੋਵੇ ਤਾਂ ਉਹਨੂੰ ਚੰਗੀ ਤਰ੍ਹਾਂ ਕਲੀਅਰ ਕਰਿਓ ਆਪਣੀ ਜਗ੍ਹਾ ਤੋਂ ਸਾਰੇ ਲੜ ਤੁਹਾਡੇ ਬਰਾਬਰ ਨਿਕਲਨੇ ਚਾਹੀਦੇ ਆ ਪਿੱਛੇ ਬਰਾਬਰ ਖਤਮ ਵੀ ਇੱਕੋ ਜਗ੍ਹਾ ਤੇ ਹੋਣੇ ਚਾਹੀਦੇ ਆ ਦੇਖੋ ਮੇਰੇ ਵੀਰੋ ਇੱਕ ਵੀਡੀਓ ਬਣਾਉਣ ਨੂੰ ਟਾਈਮ ਤਾਂ ਨਹੀਂ ਜ਼ਿਆਦਾ ਲੱਗਦਾ ਬਟ ਵੀਡੀਓ ਨੂੰ ਜਦੋਂ ਆਪਾਂ ਸੈੱਟ ਕਰਦੇ ਆ ਰੀਲ ਬਣਾਣੀ ਹੁੰਦੀ ਆ ਥੰਬਨੇਲ ਬਣਾਣੇ ਹੁੰਦੇ ਆ ਰੋਜ਼ ਨਵੀਂ ਨਵੀਂ ਸਟਾਈਲ ਦੀ ਦਸਤਾਰ ਸਜਾਣੀ ਕੋਈ ਮੈਂ ਨਹੀਂ ਕਹਿੰਦਾ ਕਿ ਕੋਈ ਜਾਂ ਤੁਹਾਨੂੰ ਕੋਈ ਤੀਰ ਮਾਰਨਾ ਨਹੀਂ ਹੈਗਾ ਇਹ ਪਰ ਇਹ ਸੌਖਾ ਕੰਮ ਵੀ ਨਹੀਂ ਹੈਗਾ ਇਹ ਠੀਕ ਹੈ ਤੇ ਬਟ ਇਹਨੂੰ ਟਾਈਮ ਲ ਬਟ ਜਿਹੜਾ ਅਸੀਂ ਚੈਲੰਜ ਸ਼ੁਰੂ ਕੀਤਾ ਹੈ ਇਹਨੂੰ ਆਪਾਂ ਕੰਪਲੀਟ ਕਰਕੇ ਦਿਖਾਵਾਂਗੇ 75 ਦਿਨ ਰੋਜ਼ ਤੁਹਾਨੂੰ ਅਸੀਂ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਣੀ ਹੈ ਇਸ ਲਈ ਸਾਡੇ ਨਾਲ ਜੁੜੇ ਰਹੋ ਤੇ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜਿਵੇਂ ਕਰ ਰਹੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਸਤਾਰ ਕਿਹੋ ਜਿਹੀ ਲੱਗਦੀ ਹੈ ਦੇਖੋ ਪਿੱਛੇ ਜੀ ਅਸੀਂ ਇੱਕ ਇੱਕ ਕਰਕੇ ਸਾਰੇ ਲੜ ਦੂਜੇ ਸ਼ੀਸ਼ੇ ਨਾਲ ਦੇ ਕੇ ਸਾਫ਼ ਕਰਦੇ ਆ ਨਾ ਬਰਾਬਰ ਕੀਤੇ ਆ ਉਹਨਾਂ ਨੂੰ ਅਸੀਂ ਮੋਟਾ ਨਹੀਂ ਕੀਤਾ ਕਿਸੇ ਵੀ ਲੜ ਨੂੰ ਅਸੀਂ ਸਿਰਫ ਪੇਚਾਂ ਨੂੰ ਸਾਫ਼ ਕੀਤਾ ਹੈ ਉੱਪਰੀ ਸਾਈਡ ਤੋਂ ਵੀ ਤੁਸੀਂ ਦੂਜੇ ਸ਼ੀਸ਼ੇ ਨਾਲ ਦੇ ਕੇ ਸਾਰੇ ਬੇਚਾਰੇ ਗੈਪ ਬਰਾਬਰ ਕਰਨਾ ਹੈ ਤੇ ਇਹਨਾਂ ਦੇ ਵਿੱਚ ਜਿਹੜੇ ਵੱਟ ਪੈ ਰਹੇ ਨੇ ਉਹਨਾਂ ਨੂੰ ਸਾਫ਼ ਕਰਨਾ ਹੈ ਮੋਹਲੇ ਹਿੱਸੇ ਤੋਂ ਜਿਹੜਾ ਕੋਰਨਰ ਹੈ ਨਾ ਇੱਥੋਂ ਵੀ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਨੀ ਆ ਸਾਰੀ ਲੜ ਦੇਖੋ ਆ ਜਗਾ ਤੋਂ ਨਾ ਏਕ-ਏਕ ਕਰਕੇ ਜਿਹੜੇ ਵੱਟ ਪੈ ਰਹੇ ਨੇ ਇਹਨਾਂ ਨੂੰ ਸਾਫ਼ ਕਰ ਲਿਓ ਆ ਵੱਟ ਅੱਗੇ ਨੂੰ ਪੈ ਰਹੇ ਨੇ ਨਾ ਇਹਨਾਂ ਨੂੰ ਪਿੱਛੇ ਨੂੰ ਸਲਾਈ ਫੇਰ ਕੇ ਸਾਫ਼ ਕਰਨੇ ਆ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਏਕ-ਏਕ ਕਰਕੇ ਪੰਜਾ ਪੇਚਾਂ ਨੂੰ ਕੱਢ ਲੈਣਾ ਹੁਣ ਤੁਸੀਂ ਕੀ ਕਹਿੰਦਾ ਦੋ ਉਂਗਲਾ ਲੈਣੀ ਆ ਇਸ ਤਰੀਕੇ ਨਾਲ ਤੇ ਇਹਨਾਂ ਨੂੰ ਇੱਥੇ ਰੱਖ ਕੇ ਜਿੱਥੋਂ 50 ਸਟਾਰਟ ਹ ਮੈਂ ਜਾਣ ਸਲਾਈ ਨੂੰ ਇਹਨਾਂ ਤੁਹਾਡੀ ਜਿਹੜੀ ਦਸਤਾਰ ਦੇ ਲੜਾਂ ਇਹ ਵੇਵ ਸਟਾਈਲ ਦੇ ਵਿੱਚ ਕਨਵਰਟ ਹੋ ਜਾਣਗੇ ਮੈਂ ਤੁਹਾਨੂੰ ਸਾਰੀ ਦਸਤਾਰ 'ਚ ਰਿਪੀਟ ਕਰ ਦਿਆ ਨਾ ਕਿ ਲੜ ਤੁਹਾਡੇ ਪਤਲੇ ਹੋਣ ਪਤਲੇ ਹੋਣ ਉਹਦਾ ਮੇਨ ਰੀਜ਼ਨ ਨਹੀਂ ਆ ਪਤਲੇ ਹੋਣ ਨਾਲ ਦਸਤਾਰ ਦੇ ਲੜਾ ਜਿਹੜੇ ਆਸਾਨੀ ਨਾਲ ਅੰਦਰ ਨੂੰ ਫੋਲਡ ਹੁੰਦੇ ਆ ਉਹ ਦੇਖਿਆ ਆ ਦੇਖੋ ਕਿੰਨੇ ਵਧੀਆ ਲੜ ਬਣਨੇ ਨੇ ਆਪਣੇ ਇਹ ਚੀਜ਼ ਨੂੰ ਤੁਸੀਂ ਧਿਆਨ ਰੱਖਣਾ ਹੈ ਠੀਕ ਹੈ ਮੇਰੇ ਵੀਰੋ ਇੱਕ ਇੱਕ ਕਰਕੇ ਸਾਰੇ ਪੇਚਾਂ ਨੂੰ ਤੁਸੀਂ ਇਸੇ ਤਰੀਕੇ ਨਾਲ ਕਰਨਾ ਹੈ ਜਦੋਂ ਤੁਸੀਂ ਜ਼ਿਆਦਾ ਪ੍ਰੈਕਟਿਸ ਕੀਤੀ ਹੋਏਗੀ ਤਾਂ ਤੁਹਾਨੂੰ ਇਹ ਵੀ ਚੀਜ਼ਾਂ ਆਸਾਨ ਲੱਗਣਗੀਆਂ ਇਸੇ ਚੀਜ਼ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਵੀ ਕਰ ਸਕਦੇ ਹੋ ਤੇ ਕਮੈਂਟ ਕਰਕੇ ਜੂ ਦੱਸਿਓ ਜੇ ਤੁਹਾਨੂੰ ਇਹ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਅੱਜ ਕੁਝ ਨਵਾਂ ਤੇ ਇਸੇ ਤਰੀਕੇ ਨਾਲ ਅਸੀਂ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਿਖਾਉਂਦੇ ਦਰਵਾਗੇ ਤੇ ਸਿਖਾਉਂਦੇ ਵੀ ਰਵਾਂਗੇ ਤੇ ਹਰ ਇੱਕ ਚੀਜ਼ ਨੂੰ ਤੁਹਾਨੂੰ ਇਸੇ ਤਰੀਕੇ ਨਾਲ ਡਿਟੇਲ ਚ ਦੱਸਦੇ ਰਾਵਾਂਗੇ ਤਾਂ ਜੋ ਤੁਸੀਂ ਵੀ ਘਰ ਬੈਠੇ ਦਸਤਾਰ ਸਿੱਖਦੇ ਰਹੋ ਤੇ ਇਸ ਲਈ ਮੇਰੇ ਵੀਰੋ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੇ ਸੱਜਣਾ ਮਿੱਤਰਾਂ ਤੱਕ ਜੁੜੇ ਰਹੀਏ ਅਸੀਂ ਜਿਹੜੀਆਂ ਨਵੀਆਂ ਵੀਡੀਓ ਪਾਵਾਂਗੇ ਤਾਂ ਉਹ ਤੁਹਾਨੂੰ ਜਲਦੀ ਮਿਲਣਦੀਆਂ ਰਹਿਣਗੀਆਂ ਤੇ ਹੁਣ ਦੂਜੀ ਸਾਈਡ ਤੋਂ ਤੁਸੀਂ ਦੇਖੋ ਓਨਾਂ ਕੀ ਗੈਪ ਰੱਖ ਕੇ ਅਸੀਂ 1 ਬਾਈ 1 ਇਨ੍ਹਾਂ ਇਹ ਪੇਚਾਂ ਨੂੰ ਵੀ ਵੇਵ ਸਟਾਈਲ ਦਸਤਾਰ ਦੇ ਵਿੱਚ ਕਨਵਰਟ ਕਰ ਦੇਣਾ ਹੈ ਪਤਲੇ ਲੜਨੇ ਇਹਨਾਂ ਨੂੰ ਆਸਾਨੀ ਨਾਲ ਅਸੀਂ ਅੰਦਰ ਨੂੰ ਫੋਲਡ ਕਰ ਸਕਦੇ ਹਾਂ 1 ਬਾਈ 1 ਸਾਰੇ ਪੇਚਾਂ ਨੂੰ ਤੁਸੀਂ ਇਸੇ ਤਰੀਕੇ ਨਾਲ ਕਰਨਾ ਹੈ ਇਨਾਂ ਨੂੰ ਨਾਲ-ਨਾਲ ਖਿੱਚ ਕੇ ਦੇਖ ਲੈਣਾ ਕਿਸੇ ਵੀ ਲੜ ਦੇ ਵਿੱਚ ਜੇ ਵੱਟ ਪੈਂਦੇ ਹੋਣ ਤਾਂ ਉਹਨੂੰ ਨਾਲ ਦੀ ਨਾਲ ਸਾਫ਼ ਵੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਬੜੀ ਆਸਾਨੀ ਨਾਲ ਸਿੱਖ ਸਕਦੇ ਹੋ ਜੇ ਤੁਸੀਂ ਆਰਾਮ ਨਾਲ ਹੈੱਡਫੋਨ ਲਾ ਕੇ ਵੀਡੀਓ ਨੂੰ ਸੁਣੋ ਵੀ ਦੇਖੋ ਸੁਣਨ ਨਾਲ ਤੇ ਦੇਖਣ ਨਾਲ ਜ਼ਿਆਦਾ ਵਧੀਆ ਸਮਝ ਆ ਜਾਂਦਾ ਹੁੰਦਾ ਬੰਦੇ ਨੂੰ ਜਦੋਂ ਆਪਾਂ ਕੱਲੀ ਚੀਜ਼ ਹੀ ਦੇਖਾਂਗੇ ਉਹਨਾਂ ਬਸ ਸਾਨੂੰ ਕੱਲਾ ਵਿਜ਼ੂਅਲ ਦਿਖਦਾ ਆ ਜਦੋਂ ਆਪਾਂ ਸੁਣਾਂਗੇ ਤਾਂ ਸਾਨੂੰ ਕਈ ਚੀਜ਼ਾਂ ਨਵੀਆਂ ਸੁਣਨ ਨੂੰ ਸਿੱਖਣ ਨੂੰ ਮਿਲਦੀਆਂ ਨੇ ਠੀਕ ਆ ਕੱਲਾ ਦੇਖਣ ਨਾਲ ਹੀ ਪੂਰਾ ਇੰਪੈਕਟ ਨਹੀਂ ਪੈਂਦਾ ਕਈ ਚੀਜ਼ਾਂ ਸੁਣਨ ਨਾਲ ਵੀ ਸਮਝ ਆ ਜਾਂਦੀਆਂ ਨੇ ਹੁਣ ਦੇਖੋ ਮੈਂ ਨੁੱਕਰ ਤੋਂ ਫੜ ਰਿਹਾ ਨਾ ਨੁੱਕਰ ਤੋਂ ਫੜ ਕੇ ਸਲਾਈ ਫੇਰ ਰਿਹਾ ਇਹ ਚੀਜ਼ਾਂ ਜਦੋਂ ਮੈਂ ਬੋਲ ਰਿਹਾ ਤੁਹਾਨੂੰ ਉਦੋਂ ਜ਼ਿਆਦਾ ਡਿਟੇਲਿੰਗ ਚ ਸਮਝ ਆ ਰਹੀਆਂ ਨੇ ਇਸੇ ਚੀਜ਼ ਨੂੰ ਮੈਂ ਕਹਿ ਰਿਹਾ ਬਾਰ-ਬਾਰ ਤੇ ਇੱਕ ਇੱਕ ਕਰਕੇ ਇਹਨਾਂ ਸਾਰੇ ਪੇਚਾਂ ਨੂੰ ਤੁਸੀਂ ਵੇਵ ਸਟਾਈਲ ਦੇ ਵਿੱਚ ਕਨਵਰਟ ਕਰਨਾ ਆ ਧਿਆਨ ਰੱਖਿਓ ਕੋਈ ਵੀ ਲ ਇਹ ਚੀਜ਼ ਤੋਂ ਵਾਂਝਾ ਨਾ ਰਹਿ ਜਵੇ ਜਾਂ ਕੋਈ ਲੜ ਛੁੱਟ ਨਾ ਜਾਵੇ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਣਾ ਹੈ ਪਿੱਛੇ ਤੱਕ ਕਰਨ ਲਈ ਤੁਹਾਨੂੰ ਥੋੜਾ ਘੁੰਮ ਕੇ ਦੇਖਣਾ ਪਊਗਾ ਜਾਂ ਦੂਜੇ ਸ਼ੀਸ਼ੇ ਦੀ ਵੀ ਹੈਲਪ ਲੈਣੀ ਪੈ ਸਕਦੀ ਹੈ ਤੁਹਾਨੂੰ ਦੇਖੋ ਤੀਜੀ ਲਾਈਨ ਸ਼ੁਰੂ ਕਰਨ ਲੱਗੇ ਆ ਇਹਦੇ ਵਿੱਚ ਵੀ ਤੁਸੀਂ ਉਸੇ ਤਰੀਕੇ ਨਾਲ ਕਰਨਾ ਹੈ ਕੁਝ ਲੜ ਕਰਨ ਤੋਂ ਬਾਅਦ ਤੁਹਾਨੂੰ ਇੱਥੇ ਨਾ ਦੇਖਣਾ ਥੋੜਾ ਔਖਾ ਹੋ ਜਾਣਾ ਹੈ ਇਹਦੇ ਲਈ ਤੁਹਾਨੂੰ ਦੂਜੇ ਸ਼ੀਸ਼ੇ ਦੀ ਲੋਡ ਪਾਣੀ ਹੈ ਜਗ੍ਹਾ ਤੋਂ ਠੀਕ ਹੈ ਧਿਆਨ ਨਾਲ ਕਰਿਓ ਇਸ ਲਈ ਕਈ ਵਾਰ ਇਹ ਹੁੰਦਾ ਬੰਦਾ ਸਲਾਈ ਫੇਨ ਨਹੀਂ ਬੰਦੇ ਨੇ ਕਿਸੇ ਲੜ ਚ ਹੁੰਦੀ ਹੈ ਤਾਂ ਸਲਾਈ ਫੇਨ ਨਹੀਂ ਕਿਸੇ ਹੋਰ ਲੜ ਚ ਸ਼ੁਰੂ ਕਰ ਦਿੰਦਾ ਹੈ ਇਹ ਉਦੋਂ ਹੁੰਦਾ ਜਦੋਂ ਸਾਨੂੰ ਪਿੱਛੇ ਤੱਕ ਦੇਖ ਨਹੀਂ ਹੁੰਦਾ ਸਹੀ ਤਰੀਕੇ ਨਾਲ ਤੇ ਹੁਣ ਤੁਸੀਂ ਕੀ ਕਰਨਾ ਹੈ ਜਿੰਨੇ ਕ ਲੜ ਹੋ ਗਏ ਕੱਢ ਲੈਣੇ ਆ ਉਸ ਤੋਂ ਬਾਅਦ ਦੂਜਾ ਸ਼ੀਸ਼ਾ ਲੈਣਾ ਹੈ ਦੂਜੇ ਸ਼ੀਸ਼ੇ ਨਾਲ ਬਾਕੀ ਲੜ ਕਰਨੇ ਆ ਇਹਨਾਂ ਚੀਜ਼ਾਂ ਨੂੰ ਤੁਸੀਂ ਦੇਣ ਲਈ ਪ੍ਰੈਕਟਿਸ ਕਰਨੀ ਪੈਣੀ ਹੈ ਤੁਹਾਨੂੰ ਤੇ ਦੇਣਾ ਵੀ ਜ਼ਿਆਦਾ ਟਾਈਮ ਪੈਣਾ ਹੈ ਪਹਿਲੀ ਪਹਿਲੀ ਵਾਰ ਜਦੋਂ ਤੁਸੀਂ ਕਰੋਗੇ ਬਾਕੀ ਹੌਲੀ ਹੌਲੀ ਜਿੱਦਾਂ ਤੁਸੀਂ ਇਹਨਾਂ ਚੀਜ਼ਾਂ ਦੀ ਪ੍ਰੈਕਟਿਸ ਕਰੋਗੇ ਤਾਂ ਤੁਸੀਂ ਖੁਦ ਕਹੋਗੇ ਕਿ ਹਾਂ ਤੁਹਾਨੂੰ ਇਹ ਆ ਗਈਆਂ ਹੋਈਆਂ ਤੇ ਇਹ ਚੀਜ਼ਾਂ ਤੁਹਾਨੂੰ ਉਦੋਂ ਆਣਗੀਆਂ ਜਦੋਂ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਿਆ ਤੇ ਸੁਣਿਆ ਹੋਊਗਾ ਮੈਂ ਇੱਕੋ ਚੀਜ਼ बार-बार ਰਿਪੀਟ ਕਰਦਾ ਹੁੰਨਾ ਜਦ ਵੀ ਕੁਝ ਤੁਸੀਂ ਸਿੱਖਣ ਆਏ ਹੋ ਭਾਵੇਂ ਕਿਸੇ ਵੀ ਟਾਈਪ ਦੀ ਵੀਡੀਓ ਹੋਵੇ ਉਹ ਜਦ ਤੱਕ ਤੁਸੀਂ ਪੂਰੀ ਦੇਖ ਨਹੀਂ ਲੈਂਦੇ ਤੁਹਾਨੂੰ ਕਈ ਚੀਜ਼ਾਂ ਵਿੱਚੋਂ ਰਹਿ ਜਾਣੀਆਂ ਸਿੱਖਣ ਲਈ ਤੁਹਾਡੇ ਇਸ ਲਈ ਦੇਖੋ ਪੂਰੀ ਵੀਡੀਓ ਦੇਖੋ ਤੁਹਾਡੇ ਦੇਖਣ ਲਈ ਹੀ ਤੁਹਾਡੇ ਸਿੱਖਣ ਲਈ ਹੀ ਪਾਈ ਜਾਂਦੀਆਂ ਨੇ ਵੀਡੀਓ ਤੇ ਇਹ ਜਗ੍ਹਾ ਤੇ ਤੁਸੀਂ ਸਲਾਈਮ ਫੇਲ ਲੈਣੀ ਹੈ ਇਹਨਾਂ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਕਿੱਥੋਂ ਕਿੱਥੋਂ ਦਸਤਾਨ ਨੂੰ ਤੁਸੀਂ ਵੇਵ ਸਟਾਈਲ ਦੇ ਵਿੱਚ ਕਨਵਰਟ ਕੀਤਾ ਹੈ ਤਿੰਨੋਂ ਲੇਅਰਾਂ ਨੂੰ ਤੁਸੀਂ ਦੇਖ ਸਕਦੇ ਹੋ ਇੱਥੋਂ ਸਾਫ਼ ਹੋ ਗਈਆਂ ਹੁਣ ਦੂਜੀ ਚੀਜ਼ ਨਾਲ ਤੁਹਾਨੂੰ ਜਿਹੜੀ ਇੱਕ ਹੋਰ ਲੇਅਰ ਰਹਿੰਦੀ ਹੈ ਪਿੱਛੇ ਉਹਨੂੰ ਪਾ ਕੇ ਦਿਖਾਣਾ ਹੈ ਅਸੀਂ ਦੇਖੋ ਇੱਕ ਆਹਾ ਲੇਅਰ ਆ ਇਹ ਇਹਨੂੰ ਵੀ ਚੰਗੀ ਤਰ੍ਹਾਂ ਸਾਫ਼ ਕਰਨਾ ਸਾਰੇ ਲੜ ਜਿੱਦਾ ਮੂਹਰੇ ਹਿੱਸੇ ਤੋਂ ਬਰਾਬਰ ਨਿਕਲਨੇ ਨੇ ਨਾ ਉਹਦਾ ਖਤਮ ਵੀ ਤੁਸੀਂ ਬਰਾਬਰ ਕਰਨੀ ਇੱਕੋ ਜਗ੍ਹਾ ਤੇ ਪਿੱਛੋਂ ਨਾ ਆਪਾਂ ਇੱਕ ਹੱਥ ਨਾਲ ਸ਼ੀਸ਼ਾ ਫੜਿਆ ਦੂਜੇ ਸਿੰਗਲ ਹੱਥ ਨਾਲ ਕਰਨਾ ਥੋੜਾ ਔਖਾ ਹੁੰਦਾ ਤੇ ਟਾਈਮ ਵੀ ਜ਼ਿਆਦਾ ਲੱਗਦਾ ਉਹਨੂੰ ਸਾਨੂੰ ਤੇ ਇਸ ਲਈ ਮੇਰੇ ਵੀਰੋ ਜਦੋਂ ਤੁਸੀਂ ਇੱਕ ਸ਼ੀਸ਼ਾ ਪਰਮਾਨੈਂਟ ਟਿਕਾਇਆ ਹੋਊਗਾ ਨਾ ਤਾਂ ਉਹ ਬਹੁਤ ਹੈਲਪ ਕਰੂਗਾ ਤੁਹਾਨੂੰ ਇਸ ਲਈ ਤੁਸੀਂ ਉਹ ਵੀ ਕਰ ਸਕਦੇ ਹੋ ਜੇ ਤੁਸੀਂ ਅਲਮਾਰੀ ਦੇ ਖੋਲ ਖੜ ਕੇ ਬੰਦਦੇ ਹੋ ਨਾ ਕਿਤੇ ਤਾਂ ਉੱਥੇ ਤੁਸੀਂ ਟਿਕਾ ਸਕਦੇ ਹੋ ਮੇਰੇ ਕੋਲ ਇੱਥੇ ਕੋਈ ਰਿਸੋਰਸ ਨਹੀਂ ਸੀ ਕਿ ਜਿੰਨਾ ਮੈਂ ਸ਼ੀਸ਼ਾ ਟੰਗ ਸਕਾਂ ਨਹੀਂ ਤਾਂ ਮੈਂ ਵੀ ਤੁਹਾਨੂੰ ਉਸ ਤਰੀਕੇ ਨਾਲ ਕਰਕੇ ਦਿਖਾ ਦਿੰਦਾ ਕਿ ਜਦੋਂ ਕਿਸੇ ਨੇ ਫੜਿਆ ਹੁੰਦਾ ਸ਼ੀਸ਼ਾ ਦੂਜੇ ਬੰਦੇ ਨੇ ਤਾਂ ਉਹ ਸਾਡੇ ਲਈ ਆਸਾਨ ਹੁੰਦਾ ਜ਼ਿਆਦਾ ਨੀਚੇ ਤੱਕ ਸਾਰੇ ਪੇਚਾਂ ਨੂੰ ਤੁਸੀਂ ਵੇਵ ਸਟਾਈਲ ਦੇ ਵਿੱਚ ਕਨਵਰਟ ਕਰ ਲੈਣਾ ਏਦਾਂ ਖਿੱਚ-ਖਿੱਚ ਕੇ ਤੇ ਇਹਨਾਂ ਤੁਹਾਡੀ ਦਸਤਾਰ ਪਿੱਛੇ ਤੱਕ ਐਨ ਬਰਾਬਰ ਲੱਗੇਗੀ ਤੁਸੀਂ ਦੇਖ ਸਕਦੇ ਹੋ ਆਪਣੀ ਦਸਤਾਰ ਲਗਭਗ ਕੰਪਲੀਟ ਹੈ ਤੇ ਹੁਣ ਆਪਾਂ ਤੁਹਾਨੂੰ ਕਲਗੀ ਵਾਲਾ ਪੇਚ ਲਗਾ ਕੇ ਦਿਖਾਣਾ ਹੈ ਇਹਦੇ ਵਿੱਚ ਤੁਸੀਂ ਲੜ ਨੂੰ ਖਿੱਚ ਕੇ ਲਾਣਾ ਆਪਣਾ ਇਹ ਲੜ ਪੂਰਾ ਪਰਫੈਕਟਾ ਨਾ ਤਾਂ ਇਹ ਛੋਟਾ ਆ ਨਾ ਇਹ ਵੱਡਾ ਆ ਪਰ ਤੁਹਾਡੇ ਨਾਲ ਹੋ ਸਕਦਾ ਹੈ ਕਿ ਕਦੀ ਤੁਸੀਂ ਦਸਤਾਰ ਸਜਾਵੇਂ ਤਾਂ ਛੋਟਾ ਰਹਿ ਸਕੇ ਇਸ ਲਈ ਤੁਹਾਨੂੰ ਹਮੇਸ਼ਾ ਆਪਣੀ ਦਸਤਾਰ ਦਾ ਸਾਈਜ਼ ਪਤਾ ਹੋਣਾ ਚਾਹੀਦਾ ਹੈ ਤੇ ਹਮੇਸ਼ਾ ਜਦੋਂ ਤੁਹਾਨੂੰ ਸ਼ੰਕਾ ਰਹੇ ਕਿ ਲੜ ਛੋਟਾ ਪੈ ਸਕਦਾ ਤਾਂ ਖਿੱਚ ਕੇ ਦਸਤਾਰ ਨੂੰ ਸਜਾਓ ਤੇ ਗਿੱਲੀ ਕਰਕੇ ਦਸਤਾਰ ਨੂੰ ਸਜਾਓ ਠੀਕ ਹੈ ਤੇ ਜਰੂਰੀ ਨਹੀਂ ਤੁਸੀਂ ਹਰ ਇੱਕ ਦਸਤਾਰ ਨਾਲ ਦਾ ਕਪੜਾ ਲੈ ਕੇ ਆਓ ਹਨਾ ਕਿ ਅਲੱਗ ਤੋਂ ਜੇ ਤੁਹਾਡੇ ਲੜ ਛੋਟਾ ਪੈ ਜਾਵੇ ਤਾਂ ਤੁਸੀਂ ਅਲੱਗ ਤੋਂ ਕਪੜਾ ਵਿੱਚ ਫਿਕਸ ਕਰਕੇ ਤੇ ਕਲਗੀ ਵਾਲਾ ਲੜ ਲਾ ਲਓ ਕਿੰਨੀਆਂ ਕਿ ਦਸਤਾਰਾਂ ਨਾਲ ਤੁਸੀਂ ਇਹ ਕੰਮ ਕਰ ਲਓਗੇ ਠੀਕ ਹੈ ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਹਾਡੀ ਦਸਤਾਰ ਦਾ ਲੜ ਕਿੰਨਾ ਆਂਦਾ ਹੈ ਕਿੱਦਾਂ ਆਂਦਾ ਤੇ ਕਿੱਦਾਂ ਬਨਣੀ ਪੈਣੀ ਹੈ ਤੁਹਾਨੂੰ ਦਸਤਾਰ ਕਲਗੀ ਲੜ ਨੂੰ ਲੋੜ ਮੁਤਾਬਕ ਖੋਲਣ ਤੋਂ ਬਾਅਦ ਜੋ ਇਸ ਜਗ੍ਹਾ ਤੋਂ ਸਲਾਈ ਫੇਰ ਕੇ ਲੜ ਨੂੰ ਸਾਫ਼ ਕਰ ਲੈਣਾ ਹੈ ਸਾਫ਼ ਕਰਨ ਤੋਂ ਬਾਅਦ ਜੋ ਦੋਨੋਂ ਅੱਖਾਂ ਬਰਾਬਰ ਟਾਕੇ ਤੁਸੀਂ ਕਲਗੀ ਵਾਲੇ ਲੜ ਨੂੰ ਘੁਮਾ ਲੈਣਾ ਹੈ ਕੁਮਾਕਿਆਂ ਸੈਂਟਰ ਦੇ ਵਿੱਚ ਇਸ ਤਰੀਕਾ ਨਾਲ ਐਕਸ ਬਣਾ ਕੇ ਰੱਖ ਲੈਣਾ ਹੈ ਇੱਕ ਪਿੰਨ ਲੈਣੀ ਹੈ ਪਿੰਨ ਤੁਹਾਡੀ ਥੋੜੀ ਜਿਹੀ ਮਜ਼ਬੂਤ ਹੋਣੀ ਚਾਹੀਦੀ ਹੈ ਜਿਹੜੀ ਨਾ ਤਾਂ 빙ੀ ਹੋਵੇ ਤੇ ਆਪਣੀ ਜਗ੍ਹਾ ਤੇ ਟਿਕੀ ਰਵੇ ਥੋੜੀ ਜਿਹੀ نیچے ਨੂੰ ਤੇ ਥੋੜੀ ਜਿਹੀ ਖੱਬੇ ਪਾਸੇ ਨੂੰ ਟੇਢੀ ਲਾਉਣਾ ਹੈ ਇਹਨਾਂ ਨੂੰ ਤਾਂ ਜੋ ਆਪਣਾ ਲਾੜਾ ਜਿਹੜਾ ਆਸਾਨੀ ਨਾਲ ਟਿਕ ਜਾਵੇ ਤੇ ਫਿਰ ਕਲਗੀ ਵਾਲੇ ਲੜ ਨੂੰ ਪੂਰੀ ਤਰ੍ਹਾਂ ਘੁਮਾ ਦੇਣਾ ਹੈ ਉਸ ਤੋਂ ਬਾਅਦ ਜੋ ਤੁਸੀਂ ਕੀ ਕਰਨਾ ਹੈ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰਨਾ ਹੈ ਤੇ ਜਿੰਨੀ ਕ ਲੋੜ ਆ ਉਨਾਂ ਕ ਕਲਗੀ ਨੂੰ ਖੋਲ ਕੇ ਲਾ ਦੇਣਾ ਹੈ ਕਲਗੀ ਦੇ ਵਿੱਚ ਵਾਟਾ ਜਿਹੜੇ ਤੁਸੀਂ ਬਰਾਬਰ ਕਰਕੇ ਪਾਣੇ ਨੇ ਤੇ ਪਿੱਛੇ ਤੱਕ ਕਲਗੀ ਨੂੰ ਇਹ ਸਿੱਧੀ ਕਰਕੇ ਲੈਣਾ ਕੋਈ ਵੀ ਲਾੜੇ ਦਾ ਉੱਪਰ ਨੂੰ ਖੜਵਾਇਆ ਨਾ ਨજર ਨਾ ਆਵੇ ਹੱਥ ਫੇਰ ਕੇ ਸਾਰੀ ਕਲਗੀ ਨੂੰ ਸਿੱਧਾ ਕਰ ਲੈਣਾ ਦੇਖ ਲਓ ਕਿ ਕਲਗੀ ਸਹੀ ਆ ਤਾਂ ਉਹਨੂੰ ਵਿਸ਼ਾ ਲੈਣਾ ਵਿਸ਼ਾ ਕੇ ਉੱਪਰ ਤੁਸੀਂ 2-3 ਪਿੰਨਾ ਲਗਾ ਸਕਦੇ ਹੋ ਪਿੰਨ ਲਗਾਉਣ ਦਾ ਫਾਇਦਾ ਇਹ ਹੈ ਕਿ ਤੁਹਾਡਾ ਲੜ ਸਾਰੀ ਦਿਹਾੜੀ ਆਪਣੀ ਜਗ੍ਹਾ ਤੇ ਟਿਕਿਆ ਰਹੇਗਾ ਤੇ ਤੁਹਾਨੂੰ ਕੁਝ ਵੀ ਏਸੀ ਦੀ ਸ਼ੰਕਾ ਰੱਖਣ ਦੀ ਕੋਈ ਲੋੜ ਨਹੀਂ ਤੇ ਦੋਨਾਂ ਸਾਈਡਾਂ ਤੋਂ ਅੱਖਾਂ ਨੂੰ ਬਰਾਬਰ ਕਰਦੇ ਹੋਏ ਤੁਸੀਂ ਦੇਖ ਲੈਣਾ ਹੈ ਕਿ ਸਹੀ ਆ ਦਸਤਾਰ ਆਪਣੀ ਫਿਰ ਦਸਤਾਰ ਦੀ ਸ਼ੇਪ ਨੂੰ ਦੇਖਣ ਤੋਂ ਬਾਅਦ ਉੱਪਰੋਂ ਜੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਲੈਣਾ ਹੈ ਖਿੱਚ ਕੇ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਤੇ ਸੱਜੇ ਪਾਸੇ ਬੰਦ ਹਿੱਸਾ ਹੋਊਗਾ ਖੱਬੇ ਪਾਸੇ ਦੋਨੋਂ ਜਿਹੜੇ ਖੁੱਲੇ ਹਿੱਸੇ ਉਹਨਾਂ ਨੂੰ ਬਰਾਬਰ ਫੜ ਕੇ ਖੋਲ ਲੈਣਾ ਲੜ ਨੂੰ ਖੋਲ ਕੇ ਪਿੱਛੇ ਤੱਕ ਫਿਸ਼ਾ ਲੈਣਾ ਲੜ ਨੂੰ ਮਿਸ਼ਾਨ ਤੋਂ ਬਾਅਦ ਤੁਸੀਂ ਦੇਖ ਲੈਣਾ ਖੱਬੀ ਪਾਸੇੋਂ ਦੋਨੋਂ ਪੱਲੇ ਅੰਦਰ ਤੱਕ ਜਾਣ ਤੇ ਸੱਜੇ ਪਾਸੇੋਂ ਬੰਦ ਵਾਲਾ ਹੀ ਸੰਦਰ ਤੱਕ ਜਾਵੇ ਇਹਨਾਂ ਦਾ ਤੁਹਾਡੀ ਜਿਹੜੀ ਦਸਤਾਰ ਉੱਪਰੋਂ ਡਬਲ ਕਵਰ ਹੋਏਗੀ ਜਿਹੜਾ ਆਪਾਂ ਕਾਲੇ ਰੰਗ ਦਾ 베이스 ਬੰਨਿਆ ਹੋਇਆ ਨਾ ਉਹ ਜ਼ਿਆਦਾ ਝਾਤੀ ਨਹੀਂ ਮਾਰੂਗਾ ਦਸਤਾਰ 'ਚੋਂ ਜਦੋਂ ਦਸਤਾਰ ਦਾ ਕੱਪੜਾ ਡਬਲ ਹੋ ਜਾਂਦਾ ਨਾ ਜੇ ਸਿੰਗਲ ਕੱਪੜੇ ਨੂੰ ਵਿਛਾਈਏ ਤਾਂ ਇਹਨਾਂ ਨਾਲ ਕਾਲਾ ਕੱਪੜਾ ਜ਼ਿਆਦਾ ਝਾਤੀ ਮਾਰਦਾ ਹੁੰਦਾ ਲਾਈਟ ਕਲਰ ਦੀ ਦਸਤਾਰ 'ਚੋਂ ਪਿੱਛੇ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਦੋਨਾਂ ਸਾਈਡਾਂ ਤੋਂ ਫਿਰ ਅੰਦਰ ਕਰ ਲੈਣਾ ਹੈ ਅੰਦਰ ਕਰਕੇ ਤੁਸੀਂ ਕੀ ਕਰਨਾ ਹੈ ਕਲਗੀ ਵਾਲੇ ਲੜ ਨੂੰ ਨੀਚਲੀ ਸਾਈਡ ਤੋਂ ਫੜ ਕੇ ਖਿੱਚਣਾ ਹੈ ਖਿੱਚ ਕੇ ਜਿਹੜਾ ਲੜ نیچے ਵਾਲਾ ਹੈ ਉਹਨੂੰ ਅੰਦਰ ਨੂੰ ਫੋਲਡ ਕਰ ਦੇਣਾ ਬਾਕੀ ਕੱਪੜੇ ਨੂੰ ਦੋਨਾਂ ਸਾਈਡਾਂ ਤੋਂ ਸਾਫ਼ ਕਰਕੇ ਲੂਪੀ ਨੂੰ ਉੱਪਰ ਚੱਕ ਦੇਣਾ ਇਸੇ ਤਰੀਕੇ ਨਾਲ ਤੁਸੀਂ ਖੱਬੇ ਪਾਸੇ ਵਾਲੇ ਲੜਨਾ ਵੀ ਕਰਨਾ ਹੈ ਜਿਹੜਾ ਉਹਦਾ ਢਿੱਲਾ ਹਿੱਸਾ ਖੱਬੇ ਪਾਸੇ ਵਾਲੇ ਲੜ ਦਾ ਉਹਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਇਸ ਤਰੀਕੇ ਨਾਲ ਲੂਪੀ ਦੇ ਅੰਦਰ ਕਰ ਦੇਣਾ ਫਿਰ ਲੂਪੀ ਨੂੰ ਐਂਡ ਸੈਂਟਰ ਦੇ ਵਿੱਚ ਸੱਜੇ ਹੱਥ ਨਾਲ ਅੰਦਰ ਕਰ ਦਿਓ ਤੇ ਸਲਾਈ ਦੀ ਹੈਲਪ ਨਾਲ ਚੰਗੀ ਤਰ੍ਹਾਂ نیچے ਕਰ ਲਿਓ ਇਹਦੇ ਨਾਲ ਤੁਹਾਡੀ ਦਸਤਾਰ ਪਿੱਛੇ ਜੀ ਕਲੀਨ ਹੋ ਜੇਗੀ ਸਾਫ਼ ਹੋ ਜੂਵੇਗੀ ਤੇ ਸਲਾਈ ਨਾਲ ਕੇਸਾਂ ਨੂੰ ਚੰਗੀ ਤਰ੍ਹਾਂ ਅੰਦਰ ਕਰ ਲਿਓ ਮੇਰੇ ਵੀਰੋ ਬਾਕੀ ਜੇ ਤੁਸੀਂ ਵੀ ਘਰ ਬੈਠੇ ਇਹੋ ਜਿਹੀ ਦਸਤਾਰਾਂ ਸਿੱਖਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਅਸੀਂ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਦਾ ਕੀ ਦਿਖਾਉਂਦੇ ਰਾਵਾਂਗੇ ਹੁਣ ਤੁਹਾਨੂੰ ਹਰੇਕ ਕਿਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਫਰੰਟ ਤੋਂ ਦੇਖ ਸਾਰੇ ਦਸਤਾਰ ਆਪਣੀ ਬਰਾਬਰ ਪ੍ਰੋਪਰ ਐ ਪਿੱਛੇ ਤੱਕ ਸਾਰੇ ਲੜ ਤੁਹਾਡੇ ਲਹਿਰਾਂ ਵਾਲੀ ਦਸਤਾਰ ਚ ਕਨਵਰਟ ਨੇ ਤੇ ਜੇ ਚਾਹੋ ਤਾਂ ਤੁਸੀਂ ਇਹਨਾਂ ਨੂੰ 3D ਵੀ ਕਰ ਸਕਦੇ ਹੋ ਪਿੱਛੇ ਤੱਕ ਦੇਖ ਸਾਰੇ ਲੜ ਸਹੀ ਨੇ ਸਾ ਤੇ ਜੇਕਰ ਤੁਸੀਂ ਰੋਜ਼ ਇਹੋ ਜੇ ਨਵੇਂ ਸਟਾਈਲ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਨਵੀਆਂ ਵੀਡੀਓ ਡਿਸਕ੍ਰਿਪਸ਼ਨ 'ਚ ਜਾਂ ਆਈ ਬਟਨ ਤੇ ਜਾ ਕੇ ਦੇਖ ਸਕਦੇ ਹੋ ਕੱਲੇ ਆ ਕੇ ਆਵਾਂਗੇ ਕੋ ਨਵਾਂ ਸਟਾਈਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ